ਤੇ ਭਾਈ ਮਹਾ ਸਿੰਘ ਹਣੀ ਜਦੋਂ ਉੱਥੋਂ ਆਉਂਦੇ ਨੇ ਤੇ ਫਿਰ ਸੱਚੇ ਪਾਤਸ਼ਾਹ ਨੂੰ ਬਦਾਵਾ ਦੇ ਕੇ ਆਉਂਦੇ ਨੇ ਦੱਸ ਕੇ ਆਉਂਦੇ ਨੇ ਤੇ ਅੱਜ ਸਾਡੇ ਵਿੱਚ ਹਜ਼ਾਰਾਂ ਅਜਿਹੇ ਲੋਕ ਬੈਠੇ ਨੇ ਜਿਹੜੇ ਬਦਾਵੇ ਵੀ ਦੇਈ ਬੈਠੇ ਨੇ ਛੱਡੀ ਵੀ ਬੈਠੇ ਨੇ ਪਰ ਦੱਸਦੇ ਵੀ ਨਹੀਂ ਕੌਮ ਦੀ ਪਿੱਖ ਦੇ ਵਿੱਚ ਸ਼ੁਰਾ ਵੀ ਮਾਰੀ ਜਾਂਦੇ ਨੇ ਪਰ ਲੱਗਦੇ ਵੀ ਕੌਮ ਦੇ ਨਹੀਂ ਤੇ ਉਹਨਾਂ ਨੇ ਤਾਂ ਭਾਈ ਮਹਾ ਸਿੰਘ ਹਣਾ ਨੇ ਉਹਨਾਂ ਸਿੰਘਾਂ ਨੇ ਜਾ ਕੇ ਬਦਾਵੇ ਆਪਦੇ ਗੁਰੂ ਦੇ ਕੋਲੋਂ ਜੰਗ ਦੇ ਵਿੱਚ ਜੂਝ ਕੇ ਜਿੱਥੇ ਸ਼ਹਾਦਤ ਦਾ ਜਾਮ ਪੀ ਕੇ ਗੁਰੂ ਦੀ ਗੋਦ ਪ੍ਰਾਪਤ ਕੀਤੀ ਉੱਥੇ ਉਹਨਾਂ ਨੇ ਆਪਣੇ ਬਦਾਵੇ ਵੀ ਪੜਵਾ ਲਏ ਤੇ ਬਹੁਤ ਸਾਰੇ ਨੇ ਜਿਹੜੇ ਪਿੱਠ ਦੇ ਵਿੱਚ ਪੰਥ ਦੇ ਕੌਮ ਦੇ ਸ਼ੁਰਾ ਵੀ ਮਾਰ ਰਹੇ ਨੇ ਬਦਾਵੇ ਵੀ ਦੇਈ ਬਿਠੇ ਨੇ ਤੇ ਆਪਣੇ ਆਪ ਨੂੰ ਅਖਵੌਣ ਵੀ ਪੰਥ ਦੇ ਠੇਕੇਦਾਰ ਦਏ ਨੇ ਇਤਿਹਾਸ ਕਹਿੰਦਾ ਵੀ ਉਦੋਂ ਭਾਈ ਮਹਾ ਸਿੰਘ ਹੋਰਾਂ ਨੇ ਮਾਝ ਦੇ ਸਿੰਘਾਂ ਨੇ ਜੀ ਗਿਣਤੀ ਵੱਖੋ ਵੱਖਰੀ ਦੱਸੀ ਗਈ ਇਹ ਕਹਿੰਦੇ ਵੀ ਬਦਾਵਾ ਦੇ ਕੇ ਜੀ ਤੇ ਅੱਗੇ ਨੇ ਮਾਝੇ ਦੀ ਤਰਤੀ ਜੀ ਤੇ ਜਦੋਂ ਅੱਗੇ ਘੋੜਿਆਂ ਤੇ ਆਉਂਦੇ ਸੀ ਤੇ ਮਾਵਾਂ ਦੇ ਪੁੱਤ ਸੰਗ ਤਾਂ ਅੱਗੋਂ ਹੋ ਕੇ ਲੈਂਦੀਆਂ ਸੀ ਵੀ ਇਹ ਗੁਰੂ ਕੇ ਸਿੱਖ ਆਏ ਨੇ ਬਿਲਕੁਲ ਗੁਰੂ ਦੇ ਦਰਸ਼ਨ ਦੇਦਾਰ ਕਰਕੇ ਆਏ ਨੇ ਇਹ ਗੁਰੂ ਦੇ ਨੇੜੇ ਰਹਿੰਦੇ ਨੇ ਹੂੰ ਹੁਣ ਅੱਜ ਆਪਾਂ ਜਿਹੜੇ ਅੱਜ ਕੋਈ ਬੰਦਗੀ ਵਾਲੇ ਹੈਗੇ ਨੇ ਚਲੋ ਵਿੱਚ ਮੇਰੇ ਵਰਗੇ ਵੀ ਨੇ ਕਈ ਇਹ ਲੇ ਚੂਲਾ ਪਾਇਆ ਤੇ ਧਰਮ ਦੇ ਨਾਂ ਤੇ ਲੋਟੂ ਬਣੇ ਨੇ ਬਿਲਕੁਲ ਸਤਕਾਰ ਤੇ ਇਸ ਕੋਲ ਹੁਣ ਵੀ ਇਹ ਸਾਡੇ ਨਾਲੋਂ ਜ਼ਿਆਦਾ ਗੁਰੂ ਦੇ ਨੇੜੇ ਨੇ ਬਿਲਕੁਲ ਇਹ ਵੱਖਰੀ ਗੱਲ ਵੀ ਉਹਨਾਂ ਦੇ ਅੰਦਰ ਕਿਹੋ ਜਿਹਾ ਵੀ ਗੁਰੂ ਦੇ ਨੇੜੇ ਰਹਿ ਕੇ ਉਹ ਨੇੜੇ ਹੋਏ ਨੇ ਕਿ ਹੋਰ ਦੂਰ ਹੋ ਗਏ ਨੇ ਹੂੰ ਵੀ ਅੱਜ ਉਹਨਾਂ ਤੇ ਬਦਾਵਾ ਪਾਈ ਮਹਾਂ ਸਿੰਘਣਾ ਨੇ ਤੇ ਪੜਵਾਲਿਆ ਜੀ ਉਹਨਾਂ ਦੇ ਨਾਲ ਦੇ ਸਾਥੀਆਂ ਨੇ ਪੜਵਾਲਿਆ ਜੀ ਇਹ ਜੇ ਦਿੱਤਾ ਸੀ ਬਦਾਵਾ ਤੇ ਉਹ ਤੇ ਮੁਕਤ ਹੋ ਗਏ ਜੀ ਵੀ ਅਸੀਂ ਮੁਕਤ ਹੋਵਾਂਗੇ ਹੂੰ ਅੱਜ ਉਹ ਬਾਬਿਆਂ ਦੀ ਗੱਲ ਛੱਡੋ ਉਹ ਤੇ ਤੁਸੀਂ ਦੁਨੀਆ ਜਾਣਦੀ ਉਹਨਾਂ ਨੂੰ ਸਾਰਿਆਂ ਨੂੰ ਹਮ ਆਪਾਂ ਕਿੱਥੋਂ ਮੁਕਤ ਹੋਣਾ ਹੈ ਅੱਜ ਅੱਜ ਮਹੀਨੇ ਦੇ ਵਿੱਚ ਵੀ ਕਾਮ ਕ੍ਰੋਧ ਲੋਭ ਹੰਕਾਰ ਦਾ ਜ਼ਿਕਰ ਹੋਇਆ ਗੁਮਾਨ ਦਾ ਜ਼ਿਕਰ ਹੋਇਆ ਜੀ ਅਸੀਂ ਵੀ ਇਸ ਬੰਧਨ ਤੋਂ ਮੁਕਤ ਹੋਣਾ ਹੈ ਜਿੰਨੂੰ ਪਤਾ ਹੈ ਵੀ ਮੇਰੇ ਚਾ ਇਹ ਵੀ ਮੈਂ ਕਹਿੰਦਾ ਵੀ ਇਸ ਦਿਨ ਜੀ ਵੈਸੇ ਤੇ ਮੈਂ ਕਹਿੰਦਾ ਵੀ ਹਰੇਕ ਪੁਰਵ ਤੇ ਇੱਕ ਐਬ ਛੱਡਣਾ ਚਾਹੀਦਾ ਤੇ ਮੈਨੂੰ ਲੱਗਦਾ ਵੀ ਬਹੁਤਾ ਸਮਾਂ ਨਹੀਂ ਲੱਗੇ ਜਦੋਂ ਐਬ ਮੁਕਤ ਹੋ ਜਾਓਗੇ ਬਿਲਕੁਲ ਜੇ ਸ਼ਰਤ ਪਰ ਆ ਆ ਆ ਜਿਹੜਾ ਨਾ ਆ ਦਿਨ ਜੇ ਮੁਕਤ ਹੋਣਾ ਹੈ ਜੀ ਤੇ ਕੋ ਵੀ ਪਾਤਸ਼ਾਹ ਮੇਰਾ ਵੀ ਬਦਾਵਾ ਪਾੜੋ ਮੈਂ ਆਹ ਚੀਜ਼ ਦਾ ਬਦਾਵਾ ਦੇਈ ਫਿਰਦਾ ਤੁਸੀਂ ਗੁਰਬਾਣੀ ਜੇ ਇਸ ਚੀਜ਼ ਦਾ ਖੰਡਨ ਕਰਦੇ ਜੇ ਮੈਂ ਉਹਦੇ ਤੇ ਚੱਲਦਾ ਪਿਆ ਬਿਲਕੁਲ ਤੁਸੀਂ ਸ਼ਰਾਬ ਪੀਣ ਦਾ ਖੰਡਨ ਕਰਦੇ ਹੋ ਜਿੱਤ ਪੀਤੇ ਮਤ ਦੂਰ ਮੈਂ ਪੀਣਾ ਬਿਲਕੁਲ ਮੈਨੂੰ ਇਹ ਨਸ਼ੇ ਤੋਂ ਮੁਕਤ ਕਰ ਦਿਓ ਅੱਜ ਕਿਰਪਾ ਕਰੋ ਮੇਰਾ ਬਦਾਵਾ ਆ ਮੈਂ ਲਿਖਿਆ ਆ ਤੁਹਾਨੂੰ ਬਦਾਵਾ ਵੀ ਤੁਸੀਂ ਨਸ਼ੇ ਆਂਦੇ ਜੇ ਨਹੀਂ ਤੇ ਮੈਂ ਅੜ ਕੇ ਨਸ਼ਾ ਕਰਦਾ ਫਿਰ ਇਹ ਮੇਰੇ ਵੱਲੋਂ ਬਦਾਵਾ ਵੀ ਤੂੰ ਮੇਰਾ ਗੁਰੂ ਨਹੀਂ ਤੇ ਮੈਂ ਤੇਰਾ ਸਿੱਖ ਨਹੀਂ ਆਪਣਾ ਆਪ ਕੁਰਬਾਨ ਕਰਕੇ ਤੇ ਉਹਨਾਂ ਨੇ ਬਦਾਵੇ ਪੜਵਾਏ ਨੇ ਸਾਨੂੰ ਆਪਣਾ ਜਿ ਕੁਰਬਾਨ ਆਪ ਆਪ ਕੁਰਬਾਨ ਕਰਨ ਦੀ ਲੋੜ ਨੇਗੀ ਬਿਲਕੁਲ ਹੂੰ ਆਪਣਾ ਆਪ ਸਵਾਰਨ ਦੀ ਲੋੜ ਹੈ ਬਸ ਉਹਨਾਂ ਨੇ ਕੁਰਬਾਨ ਕਰਕੇ ਗੁਰੂ ਤੇ ਮੁਕਤ ਹੋ ਗਏ ਜੀ ਤੇ ਗੁਰੂ ਸਾਹਿਬ ਕਹਿੰਦੇ ਤੈਨੂੰ ਕੁਰਬਾਨ ਕਰਨਾ ਨਹੀਂ ਪੈਣਾ ਜੀ ਐਬ ਕੁਰਬਾਨ ਕਰ ਦੇ ਮੇਰੇ ਦਰ ਤੇ ਤੂੰ ਪ੍ਰਵਾਣ ਹੈ ਅਖੰਡ ਬਾਣੀ ਪੰਥਕ ਮੀਡੀਆ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾਜ ਜਸਬੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਵੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਮਾਗੀ ਦੇ ਪਵਿੱਤਰ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਸੰਗਤ ਜੀ ਜਿਵੇਂ ਅਸੀਂ ਮਾਗੀ ਦਾ ਤਿਹਾਰ ਮਨਾ ਰਹੇ ਤੇ ਜਦੋਂ ਮਾਗੀ ਦੇ ਤਿਹਾਰ ਦੀ ਗੱਲ ਚੱਲਦੀ ਹੈ ਤੇ ਫਿਰ ਬੇਦਾਵੇ ਲਿਖਣ ਵਾਲਿਆਂ ਦੀ ਤੇ ਬੇਦਾਵੇ ਪੜਵਾਉਣ ਵਾਲਿਆਂ ਦੀ ਗੱਲ ਵੀ ਚੱਲਦੀ ਹੈ ਫਿਰ ਮਾਤਾ ਭਾਗੌਰ ਦੀ ਗੱਲ ਵੀ ਚੱਲਦੀ ਹੈ ਤੇ ਫਿਰ ਖਦਰਾਣੇ ਦੀ ਟਾਪ ਦੀ ਗੱਲ ਵੀ ਚੱਲਦੀ ਹੈ ਤੇ ਜਦੋਂ ਮਾਗੀ ਦੀ ਗੱਲ ਕਰਦੇ ਆ ਤੇ ਫਿਰ ਮਾਗ ਦੇ ਮਹੀਨੇ ਦੀ ਸ਼ੁਰੂਆਤ ਦੇ ਉੱਤੇ ਦਾਨ ਪੁੰਨ ਦੀ ਗੱਲ ਵੀ ਚੱਲਦੀ ਐ ਤੇ ਇਸ਼ਨਾਨ ਦੀ ਗੱਲ ਵੀ ਚੱਲਦੀ ਐ ਇਹ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਵੀਰ ਹਰਪਾਲ ਸਿੰਘ ਮਖੂ ਨੇ ਜੋ ਕਿ ਸਿੱਖ ਪ੍ਰਚਾਰਕ ਵੀ ਨੇ ਤੇ ਸਿੱਖ ਪੱਤਰਕਾਰ ਵੀ ਨੇ ਸਭ ਤੋਂ ਪਹਿਲਾਂ ਵੀਰ ਜੀ ਹਨਾਂ ਦਾ ਚੈਨਲ ਦੇ ਉੱਤੇ ਸਵਾਗਤ ਕਰ ਲੈਨੇ ਆ ਤੇ ਫਿਰ ਕਰਦੇ ਆ ਗੱਲਬਾਤ ਦੀ ਸ਼ੁਰੂਆਤ ਵੀਰ ਜੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਗੱਲ ਦੀ ਸ਼ੁਰੂਆਤ ਆਪਾਂ ਇੱਥੋਂ ਹੀ ਕਰਾਂਗੇ ਜਿਵੇਂ 마ਗ ਦੀ ਜਿਹੜੀ ਸੰਗਰਾਦ ਆ ਜੀ 마ਗ ਦੀ ਸੰਗਰਾਦ ਜੇ ਆਪਣੇ ਪਿੰਡਾਂ ਦੀ ਗੱਲ ਕਰ ਲਈਏ ਤੇ ਪਿੰਡਾਂ ਦੇ ਵਿੱਚ ਪ੍ਰਚਲਿਤ ਹੈਗਾ ਕਿ 마ਗ ਨੂੰ 마ਗ ਦੀ ਸੰਗਰਾਦ ਨੂੰ ਸਾਰੇ ਪਰਿਵਾਰ ਨੇ ਤੜਕੇ ਉੱਠ ਕੇ ਇਸ਼ਨਾਨ ਕਰਨੇ ਨੇ ਹੂੰ ਸੰਗਤ ਨੂੰ ਤੁਸੀਂ ਡਿਟੇਲ ਦੇ ਵਿੱਚ ਦੱਸ ਸਕਦੇ ਹੋ ਕਿਉਂਕਿ ਤੁਸੀਂ ਸਿੱਖ ਪ੍ਰਚਾਰ ਕਿਉਂ ਜਦੋਂ ਬਾਬੇ ਦੀ ਬਾਣੀ ਦੇ ਵਿੱਚ ਇਸ਼ਨਾਨ ਕਿਹੜੇ ਦਾ ਜ਼ਿਕਰ ਹੋਇਆ ਤੇ ਦਾਨ ਕਿਹੜੇ ਦਾ ਜ਼ਿਕਰ ਹੋਇਆ ਇਸ਼ਨਾਨ ਤੇ ਦਾਨ ਦੀ ਗੱਲ ਮਾਗ ਦੀ ਸੰਗਰਾਮ ਦੇ ਉੱਤੇ ਚੱਲਦੀ ਹੈ ਘਰ ਘਰ ਦੇ ਵਿੱਚ ਚੱਲਦੀ ਹੈ ਹਰ ਗੁਰੂ ਘਰ ਦੇ ਵਿੱਚ ਚੱਲਦੀ ਹੈ ਜੇ ਆਪਾਂ ਹੋਰ ਧਰਮਾਂ ਦੀ ਗੱਲ ਕਰ ਲਈਏ ਕਈਆਂ ਧਰਮਾਂ ਦੇ ਵਿੱਚ ਵੀ ਚੱਲਦੀ ਹੈ ਪਰ ਜੇ ਆਪਾਂ ਬਾਬੇ ਦੀ ਬਾਣੀ ਦੀ ਗੱਲ ਕਰੀਏ ਤੇ ਕਿਹੜੇ ਦਾਨ ਤੇ ਕਿਹੜੇ ਇਸ਼ਨਾਨ ਦੀ ਗੱਲ ਹੋਈ ਹੈ ਸ਼ੁਰੂਆਤ ਆਪਾਂ ਇੱਥੋਂ ਕਰਦੇ ਹਾਂ ਓਕੇ ਜਸਬੀਰ ਸਿੰਘ ਜੀ ਤੁਸੀਂ ਮਾਗ ਮਹੀਨੇ ਦਾ ਵੀ ਜ਼ਿਕਰ ਕਰਤਾ ਤੇ ਨਾਲ ਬਿਦਾਵਿਆਂ ਦਾ ਜ਼ਿਕਰ ਵੀ ਕਰਤਾ ਹੈ ਮਾਤਾ ਭਾਗੌਰ ਦਾ ਵੀ ਜ਼ਿਕਰ ਕਰਤਾ ਹੈ ਜੀ ਜੀ ਆਪਾਂ ਗੱਲ ਕਰੀਏ ਬਿਦਾਵੇ ਦੀ ਤੇ ਮਾਤਾ ਭਾਗੌਰ ਦੀ ਇਹਨਾਂ ਦਾ ਸਬੰਧ ਦਸਮ ਪਾਤਸ਼ਾਹ ਦੇ ਨਾਲ ਹੈ ਤੇ ਜੇ ਮਹੀਨੇ ਦੀ ਗੱਲ ਕਰੀਏ ਜੀ ਗੁਰੂ ਨਾਨਕ ਪਾਤਸ਼ਾਹ ਨੇ ਤੁਖਾਰੀ ਰਾਗ ਦੇ ਅੰਦਰ 12 ਮਾਉ ਉਚਾਰਨ ਕੀਤਾ ਤੇ ਪੰਚਮ ਪਾਤਸ਼ਾਹ ਨੇ ਮਾਝ ਰਾਗ ਦੇ ਅੰਦਰ ਜੀ ਉਹਨਾਂ ਨੇ ਕਿਹਾ ਵੀ ਸਿੱਖਾ ਤੇਰੇ ਮਹੀਨੇ ਜਿਹੜੇ ਨੇ ਗੁਰੂ ਅਨਸਾਰੀ ਕਿਹੋ ਜਿਹਾ ਹੋਣੇ ਚਾਹੀਦੇ ਨੇ ਜੀ ਤੇ ਮਹੀਨੇ ਸਾਨੂੰ ਦਿੱਤੇ ਚੇਤ ਵਿਸਾਖ ਜੀਠ ਹੜ ਵੱਖਰੀ ਗੱਲ ਹੈ ਵੀ ਅੱਜ ਉਹ ਸਾਨੂੰ ਭੁੱਲ ਗਏ ਨੇ ਅੱਜ ਅਸੀਂ ਜਨਵਰੀ ਫਰਵਰੀ ਮਾਰਚ ਸਾਡੇ ਉਸ ਜ਼ਿਹਨ ਦੇ ਵਿੱਚ ਜ਼ਿਆਦਾ ਚੜ ਗਏ ਨੇ ਜੀ ਅੱਜ ਅਸੀਂ ਜੇ ਕਿਸੇ ਨੂੰ ਕਹੀ ਇੰਨੀ ਚੇਤ ਨੂੰ ਆ ਜੀ ਇੰਨੇ ਵਿਸਾਖ ਨੂੰ ਆ ਜੀ ਇੰਨੇ ਮਾਘ ਨੂੰ ਆ ਜੀ ਅਸੀਂ ਕਹਾਂਗੇ ਇੱਕ ਦੱਸੋ ਵੀ ਕਿੰਨੀ ਫਰਵਰੀ ਬਣਦੀ ਹੈ ਕਿੰਨਾ ਮਾਰਚ ਬਣਦਾ ਕਿਹੜਾ ਕਿਹੜੀ ਤਰੀਕ ਬਣਦੀ ਹੈ ਜੀ ਕਿਉਂਕਿ ਕਿਤੇ ਨਾ ਕਿਤੇ ਅਸੀਂ ਆਪਣੇ ਵਿਰਸੇ ਨਾਲੋਂ ਆਪਣੀ ਬਾਣੀ ਦੇ ਨਾਲੋਂ ਟੁੱਟੇ ਆ ਜੀ ਜੇ ਆਪਾਂ ਮਹੀਨਿਆਂ ਦੀ ਗੱਲ ਕਰੀਏ ਤੇ ਇਸ ਤੋਂ ਪਹਿਲਾਂ ਵੀ ਜੇ ਮਾਗ ਮਹੀਨੇ ਦਾ ਤੁਸੀਂ ਜ਼ਿਕਰ ਕੀਤਾ ਹੈ ਮਾਗ ਮਹੀਨੇ ਦਾ ਜਿਹੜਾ ਹਿੰਦੂ ਤੀਰਥਾਂ ਦੇ ਵਿੱਚ ਬੜੀ ਮਹਾਨਤਾ ਹਿੰਦੂ ਧਾਰਮਿਕ ਗ੍ਰੰਥਾਂ ਦੇ ਵਿੱਚ ਦੱਸਿਆ ਗਿਆ ਹੈ ਵੀ ਇਸ ਦਿਨ ਮਾਗ ਮਹੀਨੇ ਦੇ ਪਹਿਲੇ ਦਿਨ ਜੇ ਤੁਸੀਂ ਪ੍ਰਿਆਗ ਦੇ ਉੱਪਰ ਜਾ ਕੇ ਇਸ਼ਨਾਨ ਕਰਦੇ ਜੀ ਤੇ ਤੁਹਾਡੇ ਜਿੰਨੇ ਵੀ ਨੇ ਮਤਲਬ ਪਾਪ ਉਹ ਸਾਰੇ ਉਤਰ ਜਾਣਗੇ ਇਹ ਉਹਨਾਂ ਦਾ ਇਤਿਹਾਸ ਕਹਿੰਦਾ ਹੈ ਉਹਨਾਂ ਦੇ ਗ੍ਰੰਥ ਕਹਿੰਦੇ ਨੇ ਜੀ ਉਹ ਇਹਨੂੰ ਬੜੀ ਮਹਾਨਤਾ ਦਿੰਦੇ ਨੇ ਇਸ ਦਿਨ ਨੂੰ ਤੇ ਇੱਕ ਜਿਹੜੀ ਲੋਕ ਤੱਥ ਚੱਲਦੇ ਸੀ ਨਾ ਮੇਰੇ ਪਾਸੇ ਨੇ ਰਿਜੈਕਟ ਨਹੀਂ ਕੀਤੇ ਹੂੰ ਮੇਰੇ ਪਾਸੇ ਨੇ ਕਿਹਾ ਵੀ ਵੇਖੋ ਤੁਹਾਨੂੰ ਪ੍ਰਿਆਗ ਜਾਣ ਦੀ ਲੋੜ ਨਹੀਂ ਹਾਂ ਕਿ ਉਹ ਲੋਕ ਪ੍ਰਿਆਗ ਜਾਂਦੇ ਨੇ ਹੋਰ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਤੇ ਤੁਸੀਂ ਕੀ ਕਰਨਾ ਮਾਗ ਮੱਜਣ ਸੰਗ ਸਾਧੂਆਂ ਹੂੰ ਤੁਸੀਂ ਸਾਧੂ ਜਣਾਂ ਦੀ ਸੰਗਤ ਕਰਨੀ ਗੁਰਮੁਖਾਂ ਦੀ ਸੰਗਤ ਕਰਨੀ ਜੀ ਆਪਣੀ ਸੋਚ ਨੂੰ ਪਵਿੱਤਰ ਕਰਨਾ ਹੂੰ ਜੇ ਤੁਹਾਡੀ ਸੋਚ ਪਵਿੱਤਰ ਹੋ ਗਈ ਤੇ ਸਭ ਕੁਝ ਪਵਿੱਤਰ ਹੋ ਜਾਏਗਾ ਜੀ ਨਹੀਂ ਤੇ ਤੀਰਥਾਂ ਤੇ ਜਾ ਕੇ ਵੀ ਤੁਸੀਂ ਮੈਲ ਲਾਉਣ ਦੀ بجائے ਮੈਲ ਚੜਾ ਕੇ ਆਓਗੇ ਬਿਲਕੁਲ ਕਈ ਵਾਰ ਤੀਰਥ ਤੇ ਜਾ ਕੇ ਵੀ ਬੰਦੇ ਨੂੰ ਹੰਕਾਰ ਹੋ ਜਾਂਦਾ ਹੂੰ ਮਨ ਮੈਲਾ ਹੋ ਜਾਂਦਾ ਹੂੰ ਹੈ ਦ੍ਰਿਗਦ੍ਰਿਸ਼ਟੀ ਖਰਾਬ ਹੋ ਜਾਂਦੀ ਹੈ ਬੜਾ ਕੁਝ ਹੁੰਦਾ ਹੈ ਪਰ ਗੁਰੂ ਸਾਹਿਬ ਨੇ ਕਿਹਾ ਵੀ ਮੇਰੇ ਸਿੱਖਾ ਤੂੰ ਕੀ ਕਰਨਾ ਮਾਗ ਮੱਜਣ ਸੰਗ ਸਾਧੂਆਂ ਜੀ ਤੂੰ ਸਾਧੂਆਂ ਦੀ ਸੰਗਤ ਕਰਨੀ ਹੈ ਹੂੰ ਨਾਮ ਬਾਣੀ ਵਾਲਿਆਂ ਦੀ ਸੰਗਤ ਕਰਨੀ ਹੈ ਮਾਜ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਜੀ ਉਹਨਾਂ ਦੀ ਚਰਨ ਧੂੜੀ ਦੇ ਨਾਲ ਆਪਣੇ ਮਨ ਦਾ ਇਸ਼ਨਾਨ ਕਰਾਉਣਾ ਜੀ ਤੇ ਇੱਥੇ ਆਪਾਂ ਉਹ ਉਹਨਾਂ ਨੇ ਕਿਹਾ ਵੀ ਜਿਹੜੇ ਦਾਨਪੁਣ ਦਾ ਜ਼ਿਕਰ ਕੀਤਾ ਤੁਸੀਂ ਜੀ ਦਾਨਪੁਣ ਉਹਨਾਂ ਨੇ ਕਿਹਾ ਵੀ ਪ੍ਰਮਾਤਮਾ ਦੇ ਨਾਮ ਦਾ ਹਮ ਹਰਕਾ ਨਾਮ ਧਿਆਏ ਸੁਣ ਜੀ ਹਰੀ ਦਾ ਨਾਮ ਜਿਹੜਾ ਪ੍ਰਮਾਤਮਾ ਦਾ ਉਹਨੂੰ ਧਿਆਉਣਾ ਵੀ ਹੈ ਤੇ ਸੁਣਨਾ ਵੀ ਹੈ ਸੁਣਨਾ ਵੀ ਜੀ ਸਭਨਾ ਨੌਕਰ ਦਾਨ ਜੀ ਉਹ ਪ੍ਰਮਾਤਮਾ ਦੇ ਨਾਮ ਨੂੰ ਵੰਡ ਕੇ ਛਕਣਾ ਉਹ ਜਿਹੜੀ ਵਾਹਿਗੁਰੂ ਨੇ ਦਾਤ ਉਹ ਸਾਡੀ ਝੋਲੀ ਦੇ ਵਿੱਚ ਨਾਮ ਦੀ ਪਾਈ ਉਹਨਾਂ ਨੂੰ ਵੰਡਣਾ ਓਕੇ ਜਿਹਨੂੰ ਗੁਰਨਾਨਕ ਪਾਤਸ਼ਾਹ ਨੇ ਕਿਹਾ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਜੀ ਪਰ ਸਾਨੂੰ ਭੁਲੇਖਾ ਸੀ ਕਿ ਇਹਨੇ ਵੀ ਕੀਰਤੀ ਵੰਡਣੀ ਹੈ ਹਮ ਅਜਾ ਵੇਦੇ ਨਾ ਵੀ ਲੰਗਰ ਲਾਇਆ ਪਾਤਸ਼ਾਹ ਨੇ 20 ਰੁਪਈਆ ਦਾ ਲੰਗਰ ਉਹ ਵੰਡ ਕੇ ਆਪਾਂ ਛਾਗ ਰਹੇ ਹਾਂ ਹਮ ਉਹ ਤੇ ਆਪ ਵੰਡ ਕੇ ਛਾਗ ਰਹੇ ਨਾਮ ਕਿੰਨਾ ਕੋ ਵੰਡ ਕੇ ਛਾਗ ਰਹੇ ਜੀ ਕਿੰਨਾ ਕੋ ਤੁਸੀਂ ਮੈਂ ਧਿਆਰ ਰਹੇ ਤੇ ਕਿੰਨਾ ਕੋ ਸੁਣ ਰਹੇ ਤੇ ਕਿੰਨਾ ਕੋ ਅਸੀਂ ਕਿਸੇ ਨੂੰ ਉਹ ਗੁਰੂ ਦੇ ਨਾਮ ਦੇ ਨਾਲ ਜੋੜ ਰਹੇ ਹਾਂ ਜੀ ਬਿਲਕੁਲ ਇਹ ਮੇਰੇ ਪਾਤਸ਼ਾਹ ਨੇ ਕਿਹਾ ਵੀ ਤੈਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਏਡੀ ਦੂਰ ਹੂੰ ਫਿਰ ਇਹ ਆ ਵੀ ਜਦੋਂ ਤੂੰ ਪਰਮਾਤਮਾ ਦਾ ਨਾਮ ਸੁਣੇਗਾ ਪਰਮਾਤਮਾ ਦਾ ਨਾਮ ਧਿਆਏਗਾ ਤੇ ਫਿਰ ਇਹਦੇ ਨਾਲ ਹੋਊ ਕੀ ਤੇ ਜਨਮ ਕਰਮ ਵਾਲੇ ਉਤਰ ਐ ਜੀ ਮੇਰੇ ਪਾਤਸ਼ਾਹ ਕਹਿੰਦੇ ਵੀ ਫਿਰ ਤੇਰੇ ਇਹ ਆ ਵੀ ਜਨਮ ਜਨਮਾਂਤਰਾ ਦੀ ਮੈਲ ਜਿਹੜੀ ਏ ਉਹ 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 ਦੂਰ ਹੋ ਜਾਏਗੀ ਜੀ ਮੇਰੇ ਪਾਤਸ਼ਾਹ ਕਹਿੰਦੇ ਮਾਗ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਕਿਉਂਕਿ ਇਹ ਮਹੀਨੇ ਦਾ ਜਿਹੜਾ ਹਿੰਦੂ ਸ਼ਾਸਤਰਾਂ ਦੇ ਵਿੱਚ ਇਹ ਦਿਨ ਨੂੰ ਬੜਾ ਪਹਿਲੇ ਦਿਨ ਨੂੰ ਬੜਾ ਪਵਿੱਤਰ ਮੰਨਿਆ ਗਿਆ ਜੀ ਉਹ ਇੱਕ ਪਰੰਪਰਾ ਨੂੰ ਮੇਰੇ ਪਾਛ ਨੇ ਰਿਜੈਕਟ ਨਹੀਂ ਕੀਤਾ ਹਮ ਲੋਕ ਜਾਂਦੇ ਸੀ ਮੇਰੇ ਪਾਛਾ ਕਹਿੰਦੇ ਵੀ ਵੇਖੋ ਜਿਹੜਾ ਨਹੀਂ ਜਾ ਸਕਦਾ ਜੀ ਉਹ ਪ੍ਰਮਾਤਮਾ ਦਾ ਨਾਮ ਗੁਰਮੁਖਾਂ ਦੀ ਸੰਗਤ ਚ ਬੈਠ ਕੇ ਜਪੇ ਤੇ ਉਹਦੇ ਵਾਸਤੇ ਉਹ ਉਹ ਤੀਰਥਾਂ ਦੇ ਛਨਾਣੀ ਹੋ ਜਾਏਗਾ ਬਿਲਕੁਲ ਤੇ ਇਹੋ ਮੇਰੇ ਪਾਛ ਨੇ ਕਿਹਾ ਹਰ ਕਾ ਨਾਮ ਤੇ ਆਏ ਸੁਣ ਸਭਣਾ ਨੂੰ ਕਰਦਾਨ ਇਹਦੇ ਨਾਲ ਹੋਏਗਾ ਕਿ ਜਦੋਂ ਨਾਮ ਸੁਣੋਗੇ ਨਾਮ ਧਿਆਉਗੇ ਜਨਮ ਕਰਮ ਮਲੇ ਉਤਰੇ ਮੰਤੇ ਜਾਏ ਗਮਾਨ ਜਨਮਾਂ ਜਨਮਾਂਤਰਾ ਦੀ ਮੈੜ ਲੈ ਜਾਏਗੀ ਜੀ ਮਨ ਤੇ ਜਿਹੜਾ ਗਮਾਨ ਸੀ ਹੰਕਾਰ ਉਹ ਦੂਰ ਹੋ ਜਾਏਗਾ ਜੀ ਬਿਲਕੁਲ ਨਾਮ ਜਪਨ ਦੇ ਨਾਲ ਹੰਕਾਰ ਦੂਰ ਹੋਣਾ ਕਿਸੇ ਡਾਕਟਰ ਕੋਲ ਹੰਕਾਰ ਦੀ ਦਵਾਈ ਨਹੀਂ ਨਹੀਂ ਹੈਗੀ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹੋ ਮੈਂ ਖੋਈ ਜੀ ਹੋਮੇ ਕਿਸੇ ਵੀ ਚੀਜ਼ ਤੇ ਆ ਸਕਦੀ ਏ ਤੁਹਾਨੂੰ ਆ ਸਕਦੀ ਮੈਂ ਪ੍ਰੈਜੈਂਟਰ ਬੜਾ ਵਧੀਆ ਕਿਸੇ ਨੂੰ ਮੈਂ ਗੈਸਟ ਬੜਾ ਵਧੀਆ ਹੰਕਾਰ ਦੀਆਂ ਬੜੀਆਂ ਕਿਸਮਾਂ ਨੇ ਬਿਲਕੁਲ ਦੁਨੀਆ ਦੇ ਵਿੱਚ ਇਹਦਾ ਬੀਜ ਹੈ ਨਾ ਤੇ ਇੱਕੋ ਬੀਜ ਬੀਜਾਂਗੇ ਤੇ ਇਹ ਫੁੱਲ ਖਿੜੇਗਾ ਹਮ ਪਰ ਹੰਕਾਰ ਦੇ ਬੜੇ ਬੀਜ ਨੇ ਹਮ ਬਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਵਿਦ ਕਵੇ ਨਾ ਨਾਸੀ ਜੀ ਕਿਸੇ ਨੂੰ ਮੈਂ ਫੱਬਦਾ ਬੜਾ ਮੈਂ ਪੱਗ ਬੜੀ ਸੋਹਣੀ ਬੰਨਦਾ ਮੈਨੂੰ ਬੋਲਣ ਦੀ ਲਿਆਕਤ ਬੜੀ ਹੰਕਾਰ ਦੀਆਂ ਬੜੀਆਂ ਕਿਸਮਾਂ ਨੇ ਬਿਲਕੁਲ ਜੀ ਪਰ ਗੁਰੂ ਸਾਹਿਬ ਕਹਿੰਦੇ ਭਾਵੇਂ ਕਿੰਨੀਆਂ ਕਿਸਮਾਂ ਨੇ ਉਹ ਪ੍ਰਮਾਤਮਾ ਦੇ ਨਾਮ ਜਪਣ ਦੇ ਨਾਲ ਉਤਰ ਜਾਣਗੀ ਮਨ ਤੇ ਜਾਏ ਗਮਾਨ ਜੀ ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸੁਆਣ ਜੀ ਫਿਰ ਕਾਮ ਕ੍ਰੋਧ ਲੋਭ ਤੇਰੇ ਤੇ ਹਾਵੀ ਨਹੀਂ ਹੋਵੇਗਾ ਹੂੰ ਇਹ ਨਹੀਂ ਵੀ ਖਤਮ ਹੋ ਜਾਏਗਾ ਹੂੰ ਹਾਵੀ ਨਹੀਂ ਹੋਵੇਗਾ ਠੀਕ ਹੈ ਜੇ ਕਾਮ ਹੀ ਖਤਮ ਹੋ ਗਿਆ ਸੰਸਾਰ ਦੀ ਉਤਪਤੀ ਕਿਵੇਂ ਹੋਏਗੀ ਬਿਲਕੁਲ ਪਾਤਸ਼ਾਹ ਕਹਿੰਦੇ ਵੀ ਫਿਰ ਤੂੰ ਕੰਮ ਹੀ ਨਹੀਂ ਹੋਏਗਾ ਜੀ ਹੇ ਕਾਮਕ ਨਰਕ ਬਿਸ਼ਰਾਮ ਕੰਮ ਹੀ ਹੋਣਾ ਮਾੜਾ ਹੂੰ ਕਹਿੰਦੇ ਵੀ ਇਹ ਨਹੀਂ ਵੀ ਤੂੰ ਤੈਨੂੰ ਕਰੋਧ ਨਾ ਆਵੇ ਕਰੋਧ ਨੂੰ ਤੂੰ ਬੀਰਾਸ ਚ ਲੈਣਾ ਹੈ ਹਾਂ ਜਿਆ ਜਿਹੜੀ ਆਪਾਂ ਆ ਖਿਦਰਾਣੇ ਦੀ ਢਾਬ ਦੀ ਜੰਗ ਦਾ ਜ਼ਿਕਰ ਚੱਲਣਾ ਹੁਣੇ ਆਪਾਂ ਅੱਗੇ ਜੀ ਹੈ ਮੇਣਾ ਮਾਰਿਆ ਮਾਤਾ ਭਾਗਕੌਰ ਨੇ ਜਦੋਂ ਬਦਾਵਾ ਦੇ ਕੇ ਆਏ ਚਲੋ ਗੱਲ ਆਪਾਂ ਚਲਾਵਾਂਗੇ ਪਰ ਅੰਦਰ ਜੇ ਹੈ ਸੀ ਉਹ ਵੀਰ ਦਾ ਤਾਂ ਹੀ ਉਹ ਆਇਆ ਨਾ ਬਾਹਰ ਬਿਲਕੁਲ ਇਹਨੂੰ ਕਰੋਧ ਵਾਲੇ ਪੱਖ ਤੋਂ ਨਹੀਂ ਲੈਣਾ ਹੂੰ ਜੇ ਕਰੋਧ ਹੀ ਖਤਮ ਹੋ ਗਿਆ ਤੇ ਬੀਰਸ ਵੀ ਖਤਮ ਹੋ ਜਾਏਗਾ ਬਿਲਕੁਲ ਸੋ ਲੋਭ ਜੇ ਆ ਵੀ ਗੁਰੂ ਸਾਹਿਬ ਕਹਿੰਦੇ ਵੀ ਲੋਭੀ ਹੋਣਾ ਮਾੜਾ ਹੂੰ ਪਰ ਖਾਨ ਜੋਗਾ ਤੇਨੂੰ ਜੋੜਨਾ ਪੈਣਾ ਉਦਮ ਕਰਦੇ ਆ ਜੀ ਜਿਓ ਤੂੰ ਕਮਾਉਂਦੇ ਆ ਸੁਖ ਪਹੁੰਚ ਇਹ ਗੁਰਬਾਣੀ ਕਹਿ ਰਹੀ ਹੈ ਤੇ ਮੇਰੇ ਪਾਤਸ਼ਾਹ ਕਹਿੰਦੇ ਫਿਰ ਇਹ ਜਦੋਂ ਨਾਮ ਜਪੇਗਾ ਕਾਮ ਕਰੋਧ ਨਾ ਮੁਹੀ ਹੈ ਮਿੜਸੇ ਲੋਭ ਸੁਵਾਨ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ ਬਿਲਕੁਲ ਜਦੋਂ ਸੱਚੇ ਮਾਰਗ ਦਾ ਪੰਧ ਹੀ ਬਣ ਗਿਆ ਤੇ ਦੁਨੀਆ ਨੇ ਤੇਰੀ ਜੈ ਜੈਕਾਰ ਕਰਨੀ ਜੈ ਜੈਕਾਰ ਕਰਨੀ ਤੇਰੀ ਉਸਤੋਂ ਤਾਂ ਆਪਣੇ ਆਪ ਹੋਏਗੀ ਹਮ ਸੱਚ ਦੇ ਮਾਰਗ ਤੇ ਚੱਲਣਾ ਬੜਾ ਔਖਾ ਹੈ ਬਿਲਕੁਲ ਕੋ ਜਿਹੜੇ ਚੱਲਦੇ ਨੇ ਫਿਰ ਉਹ ਮਰ ਕੇ ਵੀ ਜਿਉਂਦੇ ਹੋ ਜਾਂਦੇ ਨੇ ਆ ਪਿਛਲੇ ਦਿਨ ਕੌਂਕੇ ਸਾਹਿਬ ਦਾ ਜ਼ਿਕਰ ਚੱਲਿਆ ਸੱਚ ਦੇ ਮਾਰਗ ਤੇ ਚੱਲੇ ਤੇ ਅੱਜ 31 ਸਾਲ ਬਾਅਦ ਵੀ ਅੱਜ ਜੋ ਜਿੰਦਾ ਨੇ ਜਟਾਣੇ ਦਾ ਜ਼ਿਕਰ ਚੱਲਿਆ ਭਾਵੇਂ ਉਹ ਕਿੰਨਾ ਲੰਮਾ ਸਮਾਂ ਹੋ ਜੀ ਵੀ ਜਿਹੜੇ ਧਰਮ ਦੀ ਖਾਤਰ ਸੱਚ ਦੇ ਮਾਰਗ ਦੇ ਪਾੰਧੀ ਬਣੇ ਨੇ ਰਹਿੰਦੀ ਜ਼ਿੰਦਗੀ ਤੱਕ ਜਿਉਂਦੇ ਰਹਿੰਦੇ ਨੇ ਉਹਨਾਂ ਦੀ ਉਸਤਤ ਹੁੰਦੀ ਰਹੇਗੀ ਜਿਨ੍ਹਾਂ ਦਾ ਅੱਜ ਆਪਾਂ ਦਿਨ ਮਨਾ ਰਹੇ ਹਾਂ ਉਹ ਵੀ ਸੱਚ ਦੀ ਮਾਰਗ ਤੇ ਚੱਲੇ ਤੇ ਚੱਲੇ ਪਾਈ ਮਾਤਾ ਦੇ 40 ਮੁਕਤਿਆਂ ਦਾ ਮੇਰੇ ਪਾਤਸ਼ਾਹ ਨੇ ਝੋਲੀ ਚ ਬਾਬਾ ਆ ਕੇ ਕਿਹਾ ਮੇਰਾ 10 ਹਜ਼ਾਰੀ ਮੇਰਾ 20 ਹਜ਼ਾਰੀ ਛੋਟੀ ਜੀ ਗੱਲ ਨਹੀਂ ਹੁੰਦੀ ਸੋ ਸੱਚੇ ਮਾਰਗ ਤੇ ਉਹ ਚੱਲੇ ਸੀ ਅੱਜ ਦੁਨੀਆ ਉਹਨਾਂ ਦੀ ਉਸਤਤ ਕਰ ਰਹੀ ਮਾਤਾ ਭਾਗਕੌਰ ਦੀ ਅੱਜ ਹਰੇਕ ਬੀਬੀ ਭੈਣ ਵੀ ਕਹ ਫਖਰ ਮਹਿਸੂਸ ਕਰਦੇ ਨੇ ਉਹ ਸੱਚ ਦੇ ਪਾਂਧੀ ਬਣੇ ਤੇ ਅੱਜ ਉਹਨਾਂ ਦੀ ਉਸਤਤ ਹੋ ਰਹੀ ਏ ਅਗੋ ਮੇਰੇ ਪਾਤਸ਼ਾਹ ਕਹਿੰਦੇ ਜੇ ਨਾਮ ਜਪੋਗੇ ਸਾਧੂਆਂ ਦਾ ਸੰਗ ਕਰੋਗੇ ਜੀ ਤੇ ਫਿਰ ਹੋਏਗਾ ਕਿ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਨਾਮ ਜਪਣ ਦੇ ਨਾਲ ਤੁਹਾਡੇ ਅੰਦਰ ਦਇਆ ਆਏਗੀ ਤੇ ਜੇ ਦਇਆ ਆ ਗਈ ਤੇ ਸਮਝ ਲਓ 68 ਤੀਰਥਾਂ ਦਾ ਪੁੰਨ ਹੈ ਨਾਮ ਜਪਣ ਦੇ ਨਾਲ ਜਿਸ ਨੂੰ ਦੇਵ ਹੈ ਦਇਆਕਰ ਸੋਈ ਪੁਰਖ ਸੁਜਾਨ ਕਹਿੰਦੇ ਪਰ ਇਹ ਵੀ ਪ੍ਰਮਾਤਮਾ ਜਿਹਦੇ ਤੇ ਹਿਰਦਇਆ ਕਰਦਾ ਨਾ ਜੀ ਜਿਹਦੇ ਤੇ ਕਿਰਪਾ ਕਰਦਾ ਨਾਮ ਦੀ ਇਹ ਨਾਮ ਦਾ ਦਾਣ ਦਿੰਦਾ ਜੀ ਇਹ ਹਰੇਕ ਦੇ ਹਿੱਸੇ ਨਹੀਂ ਆਉਂਦਾ ਇਹ ਵੀ ਗੱਲ ਹੈ ਆਪਾਂ ਕਹਿ ਦਿੰਨੇ ਆ ਬਿਲਕੁਲ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਹਮ ਇਹ ਵਾਹਿਗੁਰੂ ਜਿਹਦੇ ਤੇ ਦਇਆ ਕਰਦਾ ਜਿਹਦੇ ਤੇ ਕਿਰਪਾ ਕਰਦਾ ਫਿਰ ਕਹਿੰਦੇ ਉਹ ਗੁਰੂ ਦੀਆਂ ਨਜ਼ਰਾਂ ਚ ਪੁਰਖ ਸਜਾਨ ਸਿਆਣਾ ਪੁਰਖ ਬਣ ਜਾਂਦਾ ਜੀ ਜਿਨ੍ਹਾਂ ਮਿਲਿਆ ਪ੍ਰਭ ਆਪਨਾ ਨਾਨਕ ਤੈਨੂੰ ਕੁਰਬਾਨ ਜਿਨ੍ਹਾਂ ਨੂੰ ਪਿਆਰਾ ਪ੍ਰਭ ਪਰਮਾਤਮਾ ਮਿਲ ਗਿਆ ਨਾਮ ਜਪ ਕੇ ਜੀ ਇਹ ਕਹਿੰਦੇ ਵੀ ਉਹਦੇ ਤੋਂ ਪਾਤਸ਼ਾਹ ਕਹਿੰਦੇ ਮੇਰਾ ਆਪ ਦਾ ਚਿੱਤ ਕਰਦਾ ਮੈਂ ਕੁਰਬਾਨ ਜਾਵਾਂ ਇਹ ਮਨੁੱਖਾ ਜਨਮ ਦੇ ਵਿੱਚ ਆ ਕੇ ਜਿਹੜੀ ਪ੍ਰਾਪਤੀ ਕਰਨ ਆਇਆ ਸੀ ਪ੍ਰਮਾਤਮਾ ਦੀ ਉਹਨੂੰ ਪ੍ਰਾਪਤੀ ਹੋ ਗਈ ਤੇ ਮੇਰਾ ਚਿੱਤ ਕਰਦਾ ਮੈਂ ਇਦੇ ਤੋਂ ਬਲਿਹਾਰ ਜਾਵਾਂ ਕੁਰਬਾਨ ਜਾਵਾਂ ਮਾਗ ਸੁੱਚੇ ਸੇ ਕਾਂਡੀਆਂ ਜਨ ਪੂਰਾ ਗੁਰੂ ਮਿਹਰਵਾਨ ਕਹਿੰਦੇ ਵੀ ਮਾਗ ਮਹੀਨੇ ਦੇ ਵਿੱਚ ਸੱਚੇ ਉਹ ਆਖੇ ਜਾਂਦੇ ਨੇ ਜਿਨ੍ਹਾਂ ਤੇ ਗੁਰੂ ਮਿਹਰਵਾਨ ਹੋ ਜਾਂਦਾ ਠੀਕ ਹੈ ਜਿਹਦੇ ਆਪਣੀ ਮਿਹਰ ਦੀ ਨਜ਼ਰ ਰੱਖਦਾ ਸੋ ਇਹ ਤੇ ਮਹੀਨਾ ਸੀ ਜੀ ਤੁਸੀਂ ਹੈਰਾਨ ਹੋਵੋਗੇ ਵੀ ਤੁਖਾਰੀ ਰਾਗ ਦੇ ਅੰਦਰ ਗੁਰਨਾਨਕ ਪਾਤਸ਼ਾਹ ਦਾ ਪਰਮਾਗ ਰਾਗ ਮਾਜ ਰਾਗ ਦੇ ਅੰਦਰ ਇਹ ਆਪਣਾ ਪੰਜਮ ਪਾਤਸ਼ਾਹ ਦਾ ਜੀ ਕਿਉਂਕਿ ਇਹ ਮਾਜ ਮਾਜੇ ਦਾ ਰਾਗ ਹੈ ਜੀ ਇਸ ਸਿੱਖ ਜਗਤ ਦੇ ਵਿੱਚ ਜਿਆਦਾ ਪ੍ਰਚਲਿਤ ਹੈ ਇਹ ਸਖਾਲਾ ਥੋੜਾ ਜਿਹਾ ਤੁਖਾਰੀ ਰਾਗ ਥੋੜਾ ਜਿਹਾ ਔਖਾ ਹੈ ਇਸ ਲਈ ਜਿਆਦਾ ਪੜਿਆ ਵੀ ਇਹ ਜਾਂਦਾ ਤੇ ਵਿਆਖਿਆ ਵੀ ਇਹਦੀ ਹੁੰਦੀ ਓਕੇ ਜੀ ਪਰ ਹੈਰਾਨੀ ਦੀ ਗੱਲ ਹੈ ਵੀ ਦੋਵਾਂ 12 ਮਾਹ ਦੇ ਵਿੱਚ ਜਿੱਥੇ 12 ਮਹੀਨਿਆਂ ਦਾ ਜ਼ਿਕਰ ਏ ਜੀ ਪਰ ਹਰਾਨੀ ਦੀ ਗੱਲ ਸ਼ਬਦ 14 ਨੇ ਅੱਛਾ ਤੁਸੀਂ ਇਹ ਪੁੱਛੋਗੇ ਵੀ 12 ਸ਼ਬਦ ਤੇ 12 ਮਹੀਨਿਆਂ ਦੇ ਪਰਥਾਏ ਹੋਗੇ ਜੀ ਤੇ ਮੇਰੇ ਪਾਠ ਨੇ 14 ਸ਼ਬਦ ਗੁਰਨਾਨਕ ਪਾਠ ਨੇ ਤੇ ਗੁਰਅਰਜਨ ਪਾਠ ਨੇ 14 ਸ਼ਬਦ ਕਿਉਂ ਉਚਾਰਨ ਕੀਤੇ ਹਮ ਪਹਿਲਾ ਸ਼ਬਦ ਜਿਹੜਾ ਜੀ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ RAM ਚਾਰ ਕੁੰਟ ਦਾ ਅਦਿਸ਼ ਭ੍ਰਮਿ ਥਕੇ ਆਏ ਪ੍ਰਭ ਕੀ ਸ਼ਾਮ ਤੇਣ ਦੁਦੇ ਤੇ ਬਾਹਰੀ ਕਿਤਨੇ ਆਵੇ ਕਾਮ ਜਲਬਣਿ ਛਾਕੁ ਮਲਾਵਤੀ ਉਪਜੈ ਨਾਹੀ ਧਾਮ ਜੀ ਉਹਦੇ ਚ ਇਹ ਦੱਸਿਆ ਵੀ ਵਾਹਿਗੁਰੂ ਅਸੀਂ ਆਪਣੇ ਕੰਮਾਂ ਕਰਕੇ ਆਪਣੀ ਕਿਰਤ ਕਰਕੇ ਤੇਰੇ ਨਾਲ ਟੁੱਟ ਗਏ ਆ ਹੁਣ ਕਿਰਪਾ ਕਰ ਸਾਨੂੰ ਆਪਣੇ ਨਾਲ ਜੋੜ ਜੀ ਇਹ ਪਹਿਲੇ ਸ਼ਬਦ ਦੇ ਵਿੱਚ ਅਰਜੋਈ ਏ ਓਕੇ ਵੀ ਸਾਨੂੰ ਵਾਹਿਗੁਰੂ ਆਪਣੇ ਚਰਨਾਂ ਦੇ ਨਾਲ ਜੋੜ ਲਾ ਠੀਕ ਹੈ ਜੀ ਤੇ ਫਿਰ ਚੇਤ ਗੋਬਿੰਦ ਅਰਾਧਿਆ ਗੁਰੂ ਸਾਹਿਬ ਕਹਿੰਦੇ ਆ ਫਿਰ ਚੇਤ ਦੇ ਮਹੀਨੇ ਚ ਪ੍ਰਮਾਤਮਾ ਦੇ ਨਾਮ ਦੀ ਅਰਾਧਨਾ ਕਰ ਹੂੰ ਚੇਤ ਵਸਾਗ ਫਿਰ ਹਰੇਕ ਮਹੀਨਾ ਗੁਰੂ ਨੂੰ ਸਾਰੀ ਜਦੋਂ ਕਰਦਾ ਕਰਦਾ ਫਿਰ 12ਵਾਂ ਮਹੀਨਾ ਆਉਂਦਾ ਆ ਜਿਹੜਾ ਮਾਘ ਇਹ 11ਵਾਂ ਮਹੀਨਾ ਠੀਕ ਹੈ ਜੀ ਇਸ ਸਿੱਖਾਂ ਦਾ 11ਵਾਂ ਮਹੀਨਾ ਹੈ ਅੱਗੋਂ ਫਿਰ 12ਵਾਂ ਮਹੀਨਾ ਫਲਗੁਣ ਫਿਰ ਤੈਨੂੰ ਗੁਣਾ ਦਾ ਫਲ ਪਏਗਾ ਵਿੱਚ 11 ਮਹੀਨੇ ਗੁਰੂ ਅਨੁਸਾਰੀ ਤੂੰ ਬਤੀਤ ਕੀਤੇ ਨੇ ਜਿਹਨੂੰ ਉਹ ਫੱਗਣ ਕਹ ਦਿੰਦੇ ਨੇ ਗੁਰਬਾਣੀ ਫਲਗੁਣ ਕਿਹਾ ਓਕੇ ਫਿਰ 12ਵਾਂ ਮੇਰੇ ਪਾਤਸ਼ਾਹ ਨੇ ਕਿਹਾਤਾ ਵੀ ਜਿਨ੍ਹਾਂ ਨੇ ਪ੍ਰਮਾਤਮਾ ਦੀ ਆਰਾਧਨਾ ਕੀਤੀ ਫਿਰ ਉਹ ਸਫਲ ਹੋਗੇ ਜਿੰਨ ਜਿੰਨਾਮ ਤੇ ਆਇਆ ਤਿੰਨ ਕੇ ਕਾਸਰੇ ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ ਜੀ ਵੀ ਅਗਲੀ ਦਰਗਾਹ ਦੇ ਵਿੱਚ ਵੀ ਉਹ ਸੱਚੇ ਨੇ ਮੇਰੇ ਪਾਤਸ਼ਾਹ ਨੇ ਹਰ ਤਰੀਕੇ ਦੇ ਨਾਲ ਜਿਸ ਅਬੀਰ ਸਿੰਘ ਜੀ ਸਮਝਾਉਣ ਦਾ ਯਤਨ ਕੀਤਾ ਹੈ ਜੀ ਪਹਿਰਿਆਂ ਕਿ ਕਰ ਗਾਵਣਾ ਬਾਣੀ ਦਾ ਸਰਲੇਖ ਏ ਵੀ ਦਿਨ ਚਾਰ ਪੈਰ ਤੇ ਚਾਰ ਰਾਤ ਵੀ ਤੂੰ ਚਾਰ ਪੈਰ ਕਿਵੇਂ ਬਤੀਤ ਕਰਨਾ ਹੈ ਗੁਰੂ ਅਨਸਾਰੀ ਪਹਿਲੇ ਪੈਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਹੂੰ ਦੂਜੇ ਪੈਰ ਦਾ ਜ਼ਿਕਰ ਇਤਨਾ ਪਹਿਰਾਂ ਦਾ ਦੱਸਿਆ ਜੀ ਤੇ ਪੈਰ ਜਿਹੜੇ ਰਲਕੇ ਨੇ ਇਹ ਦਿਨ ਰਾਤ ਬਣਦੇ ਨੇ ਜੀ ਇੱਕ ਬਾਣੀ ਆਉਂਦੀ ਜਿਹਦਾ ਸਰਲੇਖ ਦਿਨ ਰਹਿਣ ਹੂੰ ਬਿਲਕੁਲ ਜੀ ਵੀ ਤੂੰ ਦਿਨ ਕਿਵੇਂ ਬਤੀਤ ਕਰਨਾ ਗੁਰੂ ਅਨਸਾਰੀ ਤੇ ਰਾਤ ਕਿਵੇਂ ਬਤੀਤ ਕਰਨੀ ਬਿਲਕੁਲ ਪੈਰ ਰਲ ਕੇ ਦਿਨ ਰਾਤ ਬਣੇ ਤੇ ਦਿਨ ਰਾਤ ਬਣ ਕੇ ਰਲ ਕੇ ਕੀ ਬਣਦਾ ਦਿਨ ਰਾਤ ਜਿਹੜਾ ਰਲ ਕੇ ਬਣਦਾ ਵਾਰ ਜੀ 24 ਘੰਟਿਆਂ ਦੇ ਇੱਕ ਵਾਰ ਹੁੰਦਾ ਜੀ ਤੇ ਵਾਰ ਫਿਰ ਮੇਰੇ ਪਾਸ ਨੇ ਇੱਕ ਬਾਣੀ ਦਿੱਤੀ ਸਤਵਾਰ 12 ਦੇ ਆਧਾਰ ਤੇ ਸੋਮਵਾਰ ਕਿਹੋ ਜਿਹਾ ਬਤੀਤ ਕਰਨਾ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਹ ਬਾਣੀ ਦਾ ਨਾਂ ਸਤਵਾਰ ਜੀ ਤੇ ਵਾਰ ਰਲ ਕੇ ਕੀ ਬਣਦੇ ਨੇ ਮਹੀਨਾ ਤੇ 12 ਮਾਹ ਦਿੱਤੇ ਹੂੰ ਤੇ ਬਾਰਾਂ ਰਲ ਕੇ ਕੀ ਬਣਦੇ ਨੇ ਸਾਲ ਵੀ ਤੇਰਾ ਸਾਲ ਇਵੇਂ ਹੋਣਾ ਚਾਹੀਦਾ ਗੁਰੂ ਅਨੁਸਾਰੀ ਬਿਲਕੁਲ ਸੋ ਇਹ ਤੁਸੀਂ ਮਹੀਨਾ ਤੁਸੀਂ ਮਹੀਨੇ ਦਾ ਜ਼ਿਕਰ ਕੀਤਾ ਵੀ ਇਸ ਵੇਲੇ ਵੇਖੋ ਹਰੇਕ ਮਹੀਨੇ ਚ ਗੁਰੂ ਸਾਹਿਬ ਨੇ ਜੇ ਪਹਿਲੇ ਮਹੀਨੇ ਤੋਂ ਸ਼ੁਰੂ ਕਰਤਾ ਚੇਤ ਗੋਬਿੰਦ ਆਰਾਧੀ ਹੈ ਜੀ ਇਹ ਨਹੀਂ ਵੀ ਮਾਗਦੇ ਮਹੀਨੇ ਜੀ ਤੁਸੀਂ ਜ਼ਿਆਦਾ ਆਰਦਨਾ ਹਾਂ ਮੇਰੇ ਪਾਸ ਨੇ ਪਹਿਲੇ ਮਹੀਨੇ ਤੋਂ ਕਹਤਾ ਹੈ ਹਾਂ ਸਿੱਖਾਂ ਦਾ ਨਵਾਂ ਸਾਲ ਚੇਤ ਦੇ ਜੀ ਬਿਲਕੁਲ ਜਨਵਰੀ ਨਹੀਂ ਵੱਖਰੀ ਗੱਲ ਵੀ ਅਸੀਂ ਮਨਾਉਣ ਜਨਵਰੀ ਲੱਗ ਪਏ ਆ ਹੈਪੀ ਨਿਊ ईयर ਅਸੀਂ ਨਵੇਂ ਸਾਲ ਦੀਆਂ ਵਧਾਈਆਂ ਜਨਵਰੀ ਨੂੰ ਦਿੰਦੇ ਆ ਬਿਲਕੁਲ ਜੀ ਗੁਰਦੁਆਰਿਆਂ 'ਚ ਵੀ ਰਾਤ ਨੂੰ ਕੀਰਤਨ 12 ਵਜੇ 1 ਵਜੇ ਤੱਕ ਜਕਾਰੇ ਇਹ ਜਨਵਰੀ ਛੱਡੇ ਜਾਂਦੇ ਨੇ ਚੇਤ ਮਹੀਨੇ 'ਚ ਨਹੀਂ ਛੱਡੇ ਜਾਂਦੇ ਬਿਲਕੁਲ ਸਾਡੀ ਤਰਾਸਦੀ ਵੀ ਹੈ ਇਹ ਤਰਾਸਦੀ ਹੈ ਸਾਡੀ ਵੀ ਇਹ ਦੱਸ ਹੀ ਨਹੀਂ ਸਕਦੇ ਵੀ ਸਾਡੇ ਮਹੀਨੇ ਕਿਹੜੇ ਨੇ ਜੀ ਨਾਨਕ ਸਾਈ ਕੈਲੰਡਰ ਅਸੀਂ ਪਰਫੁੱਲਤ ਹੀ ਨਹੀਂ ਕਰ ਸਕੀ ਆਪਣੇ ਗੁਰਮੁਖੀ ਅੰਕਾਂ ਬਾਰੇ ਸਾਡੇ ਬੱਚਿਆਂ ਨੂੰ ਪਤਾ ਬਿਲਕੁਲ ਔਰ ਹੁਣ ਆਈਏ ਇਤਿਹਾਸ ਬਾਰੇ ਜੀ ਇਸ ਮਹੀਨੇ ਦਾ ਜਿਹੜਾ ਸਿੱਖ ਇਤਿਹਾਸ ਨਾਲ ਬੜਾ ਡਾਡਾ ਮਹੱਤਵ ਹੈ ਬਿਲਕੁਲ ਕਹਿੰਦੇ ਵੀ ਜਦੋਂ ਅਨੰਦਪੁਰ ਨੂੰ ਘੇਰਾ ਪਿਆ ਹੂੰ ਕੋਈ 7 ਮਹੀਨੇ ਦਾ ਕੋ 9 ਮਹੀਨਾ ਵਿਦਵਾਨ ਵੱਖੋ ਵੱਖਰਾ ਕਹਿੰਦੇ ਚਲੋ ਆਪਾਂ ਮਹੀਨਾ ਦੇ ਚੱਕਰ ਚ ਪੈਣਾ ਬੜਾ ਲੰਮਾ ਘੇਰਾ ਪਿਆ ਬਿਲਕੁਲ ਜੀ 10 ਲੱਖ ਫੌਜ ਜੇ ਆਪਾਂ ਕਹਿੰਦੇ ਆ ਵੀ ਚਮਕੌਰ ਸਾਹਿਬ ਦੀ ਗੜੀ ਨੂੰ ਘੇਰਾ ਪਿਆ ਤੇ ਉਹੀ ਫੌਜ ਇੱਥੇ ਚੱਲ ਕੇ ਆਈ ਹੈ ਜੀ ਐਡਾ ਇੰਨੀ ਉਦੋਂ ਫੌਸੇ ਨਹੀਂ ਉੱਤੇ ਘੇਰਾ ਪਿਆ ਅੰਦਰ ਰਸਦਾਂ ਜਾਣੀਆਂ ਬੰਦ ਹੋ ਗਈਆਂ ਹੂੰ ਸੋਵਾਂ ਤੱਕ ਵੀ ਚੱਕੀਆਂ ਗਈਆਂ ਬਿਲਕੁਲ ਕੁਰਾਨ ਦੀਆਂ ਸੋਵਾਂ ਚੱਕੀਆਂ ਮੇਰੇ ਪਾਦਸ਼ਾਹ ਨੇ ਜ਼ਫਰਨਾਮੇ ਦੇ ਵਿੱਚ ਕਿਹਾ ਔਰੰਗਜ਼ੇਬ ਤੂੰ ਦੇ ਕੁਰਾਨ ਦੀਆਂ ਸੋਵਾਂ ਵੀ ਤੂੰ ਖਾ ਲਈਆਂ ਬਿਲਕੁਲ ਸੋਵਾਂ ਖਾ ਕੇ ਵੀ ਛਿੱਕੇ ਤੇ ਟੰਗਤੀਆਂ ਹੂੰ ਤੂੰ ਸੋਵਾਂ ਖਾ ਕੇ ਵੀ ਮੁਕਰਿਆ ਜੀ ਤੇ ਮੈਂ ਤੇਰੀਆਂ ਸੋਵਾਂ ਤੇ ਭਰੋਸਾ ਕਰਕੇ ਵੀ ਜਿੱਤੇ ਆ ਜੀ ਹੂੰ ਉਦੋਂ ਕੀ ਹੋਇਆ ਵੀ ਜਦੋਂ ਅੰਦਰ ਰਸਦ ਨਹੀਂ ਨਾ ਜਾਂਦੀ ਜੀ ਭੁੱਖ ਤੇ ਦੁੱਖ ਦੋ ਇਹੋ ਜਿਹੀਆਂ ਚੀਜ਼ਾਂ ਨੇ ਜਸਬੀਰ ਸਿੰਘ ਜੀ ਇਹ ਬੰਦੇ ਨੂੰ ਕਟਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਬਿਲਕੁਲ ਤੁਹਾਡੇ ਜੀਵਨ ਚ ਦੁੱਖ ਭੁੱਖ ਆ ਗਿਆ ਨਾ ਅਸੀਂ ਗੁਰੂ ਨਾਲ ਨਾਤਾ ਤੋੜ ਕੇ ਦੰਬੀਆਂ ਪਖੰਡੀਆਂ ਦੇ ਤਾਰੀਆਂ ਫੂਕਾਂ ਤਾਗੇਤ ਵੀ ਬੰਦਾ ਕਿਉਂ ਜਾਂਦਾ ਬਿਲਕੁਲ ਇੱਕ ਦੇ ਗਰੀਬੀ ਭੁੱਖ ਵੀ ਘਰ ਦੇ ਵਿੱਚ ਗੁਜਣੀ ਇੱਕ ਘਰ ਦੇ ਵਿੱਚ ਅਮੀਰੀ ਹੈ ਪਰ ਦੁੱਖ ਲੱਗ ਗਿਆ ਕੋਈ ਸਰੀਰਕ ਰੋਗ ਲੱਗ ਗਿਆ ਕੋ ਬੱਚਿਆਂ ਦਾ ਬੰਦਾ ਕਿਸੇ ਨਾ ਕਿਸੇ ਪੱਖੋਂ ਦੁਖੀ ਹੈ ਪੈਸਾ ਹੈਗਾ ਬਿਲਕੁਲ ਪਰ ਜੇ ਦੋਵੇਂ ਚੀਜ਼ਾਂ ਲੱਗ ਜਾਣ ਦੁੱਖ ਤੇ ਭੁੱਖ ਗਰੀਬੀ ਵੀ ਆ ਜੇ ਤੇ ਬਿਮਾਰੀ ਵੀ ਆ ਜੇ ਹੂੰ ਇਹ ਦੋ ਕਟਣੀਆਂ ਬੜੀਆਂ ਔਖੀਆਂ ਨੇ ਹੂੰ ਗੁਰਬਾਣੀ ਚ ਆਪਾਂ ਪੜਦੇ ਨਾ ਤੁਸੀਂ ਕਾਰ ਲੈ ਲੈਨੇ ਤੇ ਇਹ ਲਿਖ ਦਿੰਨੇ ਆ ਇਹ ਪੇਦਾਤ ਤੇਰੀ ਦਤਾਰ ਕਰ ਲੇ ਲਿਆ ਤੇ ਫਰੰਟ ਤੇ ਲਿਖਿਆ ਹੁੰਦਾ ਤੁਸੀਂ ਤਖਦੀਆਂ ਪੜੀਆਂ ਹੋਣੀਆਂ ਹੂੰ ਕੀਤਿਆਂ ਦੁਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਤਾਰ ਗੁਰਨਾਨਕ ਪਾਤਸ਼ਾਹ ਕਹਿੰਦੇ ਤੈਨੂੰ ਦੁੱਖ ਤੇ ਭੁੱਖ ਦੀ ਮਾਰ ਵੱਜੇ ਸੁਆਦ ਵੀ ਉਦੋਂ ਤੂੰ ਕਵੇਂ ਇਹ ਪੇਦਾਤ ਤੇਰੀ ਦਤਾਰ ਬਿਲਕੁਲ ਇਹ ਨਹੀਂ ਨਵੀਂ ਕਾਰ ਮਿਲ ਗਈ ਤੇ ਨਵੀਂ ਕੋਠੀ ਮਿਲ ਗਈ ਤੇ ਉਦੋਂ ਕਹਤਾ ਇਹ ਪੇਦਾਤ ਤੇਰੀ ਦਤਾਰ ਹਾਂ ਇਹ ਦੋ ਚੀਜ਼ਾਂ ਕੱਟਣੀਆਂ ਬੜੀਆਂ ਔਖੀਆਂ ਪਰ ਉੱਥੇ ਹੁਣ ਦੁੱਖ ਵੀ ਏ ਜੀ ਤੇ ਭੁੱਖ ਰਸਤ ਜਾ ਨਹੀਂ ਰਹੀ ਜੀ ਇਤਿਹਾਸ ਗਵਾਹ ਕਹਿੰਦੇ ਵੀ ਉੱਥੇ ਫਿਰ ਭਾਈ ਮਹਾ ਸਿੰਘ ਰਾਣੇ ਗੁਰੂ ਪਾਚਨ ਨੂੰ ਕਹੇ ਵੀ ਪਾਤਸ਼ਾਹ ਹੀ ਜਾਣਾ ਚਾਹੁੰਦੇ ਆ ਜੀ ਗੁਰੂ ਸਾਹਿਬ ਕਹਿੰਦੇ ਵੀ ਵੇਖ ਲਓ ਹੁਣ ਤੇ ਵਿਪਤਾ ਦਾ ਸਮਾਂ ਹੈ ਜੀ ਪਰ ਖੇਦੇ ਚੀ ਹੁੰਦੀ ਹੈ ਕਹਿੰਦੇ ਨਹੀਂ ਦਾਤਾ ਜੀ ਹੁਣ ਭੁੱਖ ਕੱਟੀ ਨਹੀਂ ਜਾਂਦੀ ਹੂੰ ਗੁਰੂ ਸਾਹਿਬ ਕਹਿੰਦੇ ਫਿਰ ਨਹੀਂ ਕੱਟੀ ਜਾਂਦੀ ਲਿਖ ਕੇ ਦੇ ਦਿਓ ਤੇ ਜਾਓ ਇਹ ਲਿਖ ਦਿਓ ਮੈਂ ਤੁਹਾਡਾ ਸੇਖ ਨਹੀਂ ਤੇ ਤੁਸੀਂ ਮੇਰੇ ਗੁਰੂ ਨਹੀਂ ਹੂੰ ਇਤਿਹਾਸ ਕਹਿੰਦਾ ਵੀ ਉਦੋਂ ਭਾਈ ਮਹਾ ਸਿੰਘ ਹੋਰਾਂ ਨੇ ਮਾਝੇ ਦੇ ਸਿੰਘਾਂ ਨੇ ਜੀ ਗਿਣਤੀ ਵੱਖੋ ਵੱਖਰੀ ਦੱਸੀ ਗਈ ਏ ਕਹਿੰਦੇ ਵੀ ਬਦਾਵਾ ਦੇ ਕੇ ਜੀ ਤੇ ਆਗੇ ਨੇ ਮਾਝੇ ਦੀ ਧਰਤੀ ਤੇ ਜੀ ਤੇ ਜਦੋਂ ਅੱਗੇ ਘੋੜਿਆਂ ਤੇ ਆਉਂਦੇ ਸੀ ਤੇ ਮਾਵਾਂ ਦੇ ਪੁੱਤ ਸੰਗ ਤਾਂ ਅੱਗੋਂ ਹੋ ਕੇ ਲੈਂਦੀਆਂ ਸੀ ਵੀ ਇਹ ਗੁਰੂ ਕੇ ਸਿੱਖ ਆਏ ਨੇ ਬਿਲਕੁਲ ਗੁਰੂ ਦੇ ਦਰਸ਼ਨ ਦੇਦਾਰ ਕਰਕੇ ਆਏ ਨੇ ਇਹ ਗੁਰੂ ਦੇ ਨੇੜੇ ਰਹਿੰਦੇ ਨੇ ਹਮ ਹੁਣ ਅੱਜ ਆਪਾਂ ਜਿਹੜੇ ਅੱਜ ਕੋਈ ਬੰਦਗੀ ਵਾਲੇ ਹੈਗੇ ਨੇ ਚਲੋ ਵਿੱਚ ਮੇਰੇ ਵਰਗੇ ਵੀ ਨੇ ਕਈ ਕਲੇ ਚੋਲਾ ਪਾਇਆ ਤੇ ਧਰਮ ਦੇ ਨਾਂ ਤੇ ਲੋਟੂ ਬਣੇ ਨੇ ਬਿਲਕੁਲ ਸਤਕਾਰ ਤੇ ਇਸ ਕੋਲੋਂ ਵੀ ਇਹ ਸਾਡੇ ਨਾਲੋਂ ਜ਼ਿਆਦਾ ਗੁਰੂ ਦੇ ਨੇੜੇ ਨੇ ਬਿਲਕੁਲ ਇਹ ਵੱਖਰੀ ਗੱਲ ਵੀ ਉਹਨਾਂ ਦੇ ਅੰਦਰ ਕਿਹੋ ਜਿਹਾ ਹੈ ਵੀ ਗੁਰੂ ਦੇ ਨੇੜੇ ਰਹਿ ਕੇ ਉਹ ਨੇੜੇ ਹੋਏ ਨੇ ਕਿ ਹੋਰ ਦੂਰ ਹੋ ਗਏ ਨੇ ਹੂੰ ਵੀ ਜਿਹੜੀਆਂ ਆਪਾਂ ਰਮਾਲੇ ਵਿੱਚ ਜਾਂਦੇ ਨੇ ਬੜਾ ਕੁਝ ਹੋ ਰਿਹਾ ਹੈ ਨੇੜੇ ਰਹਿ ਕੇ ਸਗੋਂ ਮਨਜਬ ਦਾ ਸਤਕਾਰ ਜਾਂ ਉਹਨਾਂ ਦੇ ਮਨ ਚ ਖੌਫ ਡਰ ਘਟਿਆ ਬਿਲਕੁਲ ਹਾਲਾਂਕਿ ਉਹ ਡਰ ਪਿਆਰ ਪ੍ਰੇਮ ਵਧਣਾ ਚਾਹੀਦਾ ਸੀ ਚਲੋ ਇਹ ਇੱਕ ਵਿਸ਼ਾ ਵੱਖਰਾ ਹੈ ਵੱਖਰਾ ਵਿਸ਼ਾ ਬਿਲਕੁਲ ਜੀ ਵੀ ਉਦੋਂ ਸੰਗਤਾਂ ਦੇ ਮਨ ਚ ਇਹ ਸੀ ਵੀ ਇਹ ਦੂਰੋਂ ਆਏ ਨੇ ਤੇ ਗੁਰੂ ਘਰ ਦੀਆਂ ਗੱਲਾਂ ਸੁਣਦੇ ਆ ਗੁਰੂ ਦੀਆਂ ਸੁਣਦੇ ਆ ਤੇ ਜਦੋਂ ਆ ਕੇ ਉਹਨਾਂ ਦੱਸਿਆ ਵੀ ਕਹਿੰਦੇ ਵੀ ਅੱਜ ਤੇ ਬੜੀ ਵਿਪਤਾ ਸੀ ਗੁਰੂ ਤੇ ਸਾਨੂੰ ਪਤਾ ਲੱਗਾ ਸੁਈਆਂ ਨੇ ਆ ਕੇ ਦੱਸਿਆ ਵੀ ਘੇਰਾ ਬੜਾ ਲੰਮਾ ਪਿਆ ਬਿਲਕੁਲ ਕੀ ਹਾਲਾਤ ਨੇ ਗੁਰੂ ਸਾਹਿਬ ਦੇ ਹਾਂ ਕਿਹੜੀ ਸਥਿਤੀ ਦੇ ਵਿੱਚ ਨੇ ਜੀ ਤੇ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਤੇ ਬਦਾਵਲ ਲਿਖ ਕੇ ਦੇ ਆਏ ਹਾਂ ਹਾਂ ਤੇ ਮਾਤਾ ਪਾਕੋ ਰ ਨੇ ਬੀਬੀਆਂ ਨੇ ਵੰਗਾਰ ਪਾਈ ਕਹਿੰਦੀ ਵੀ ਇਸ ਤਰ੍ਹਾਂ ਕਰੋ ਆ ਚੂੜੀਆਂ ਕੰਗਣ ਪਾਓ ਤੁਸੀਂ ਚੌਂਕੇ ਚੁੱਲੇ ਤੇ ਚੜੋ ਤੁਸੀਂ ਬਿਲਕੁਲ ਤੇ ਆ ਜਿਹੜੇ ਸਿਰੀ ਸਾਹਿਬ ਹਥਿਆਰ ਫੜਾਓ ਸਾਨੂੰ ਹਾਂ ਵੀ ਆ ਬਿਪਤਾ ਦਾ ਸਮਾਂ ਸੀ ਤੇ ਗੁਰੂ ਨੂੰ ਪਿੱਠ ਦੇ ਆਏ ਜੇ ਹਾਂ ਤੇ ਜਦੋਂ ਖਾਣ ਪੀਣ ਦਾ ਸਮਾਂ ਸੀ ਜੀ ਜਿਹੜੀ ਗੁਰਬਾਣੀ ਸੁਖ ਮੇ ਆਣ ਬਹੁਤ ਮਿਲ ਬੈਠ ਤਰਹਿਤ ਚੌਂ ਦਿਸਕੇਰੇ ਬਿਪਤਾ ਭਰੀ ਸਭੂ ਸੰਗ ਛੜ ਤੂੰ ਨਾਵਤ ਨੇਰੇ ਹਾਂ ਤੁਸੀਂ ਤੇ ਉਹ ਫਿਰ ਉਹੀ ਗੱਲ ਕੀਤੀ ਅਜ ਬਿਪਤਾ ਵੇਲੇ ਤੁਸੀਂ ਗੁਰੂ ਦਾ ਸਾਥ ਛੜ ਤਾ ਬਿਲਕੁਲ ਫਿਰ ਤੁਸੀਂ ਵੰਗਾਰ ਪਾਈ ਐ ਇਹੋ ਜੀ ਉਹ ਕਹਿੰਦੇ ਜਿਵੇਂ ਸੂਰਮੇ ਨੂੰ ਮਿਹਣਾ ਜਿਹੜਾ ਹੁੰਦਾ ਹੂੰ ਉਹ ਮਿਹਣਾ ਇਹੋ ਜਿਹਾ ਵਜਾ ਤੇ ਕਹਿੰਦੇ ਵੀ ਤੁਸੀਂ ਆਓ ਇੱਥੇ ਤੇ ਅਸੀਂ ਚੱਲਦੇ ਆਂ ਜੀ ਉਸੇ ਵੇਲੇ ਫਿਰ ਉਹਨਾਂ ਦੇ ਮਨਚੀ ਵੀ ਆਇਆ ਮਾਤਾ-ਪਿਤਾ ਘਰੇ ਬੀਬੀਆਂ ਦਾ ਜਥਾ ਵੀ ਤਿਆਰ ਹੋ ਗਿਆ ਹੂੰ ਫਿਰ ਪਤਾ ਲੱਗਾ ਜਸੂ ਮਿਲਦੀ ਗਈ ਵੀ ਫੌਜਾਂ ਗੁਰੂ ਸਾਹਿਬ ਦਾ ਪਿੱਛਾ ਕਰਦੀਆਂ ਕਰਦੀਆਂ ਖਿਦਰਾਣੇ ਦੇ ਢਾਬ ਤੇ ਪਹੁੰਚ ਗਈਆਂ ਤੇ ਉਥੇ ਇਹ 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 ਮੇਲ ਮਲਾਪ ਨਹੀਂ ਹੋਇਆ ਗੁਰੂ ਨਾਲ ਅੱਛਾ ਜੀ ਪਰ ਪਤਾ ਲੱਗਾ ਵੀ ਇੱਥੇ ਗੁਰੂ ਤੇ ਫੌਜਾਂ ਚੜ ਕੇ ਆਈਆਂ ਤੇ ਉਥੇ ਇਹਨਾਂ ਦਾ ਮੁਕਾਬਲਾ ਹੁੰਦਾ ਭਾਈ ਮਹਾ ਸਿੰਘ ਹੋਰਾਂ ਦਾ ਹੂੰ ਭਾਈ ਮਹਾ ਸਿੰਘ ਹੋਰਾਂ ਦਾ ਮੁਕਾਬਲਾ ਹੁੰਦਾ ਸਿੰਘ ਸ਼ਹੀਦ ਹੋ ਜਾਂਦੇ ਨੇ ਜੀ ਭਾਈ ਮਹਾ ਸਿੰਘ ਜਿਨ੍ਹਾਂ ਨੂੰ 40 ਮੁਕਤੇ ਸੀ ਕਹਿੰਦੇ ਆ ਜੀ ਖਿਦਰਾਣੇ ਦੀ ਢਾਬ ਸੀ ਉਹ ਉਹਦਾ ਨਾਮ ਮੁਕ्तसर ਤਾਂ ਪਿਆ ਵੀ ਮੇਰੇ ਪਾਤਸ਼ਾਹ ਨੇ ਤੇ ਮੁਕਤ ਕਰਤੇ ਬਿਲਕੁਲ ਕਿਉਂਕਿ ਜਦੋਂ ਆਖਰੀ ਸਾਹਾਂ ਤੇ ਮੇਰੇ ਪਾਤਸ਼ਾਹ ਨੰਗੇ ਕਹਿੰਦੇ ਤੇ ਮੇਰੇ ਸਿੰਘ ਨੇ ਜੀ ਭਾਈ ਮਹਾ ਸਿੰਘ ਤੁਸੀਂ ਹੂੰ ਤੁਸੀਂ ਬਦਾਵਾ ਦਿੱਤਾ ਸੀ ਹੂੰ ਤੇ ਜਦੋਂ ਉਹਨਾਂ ਨੇ ਕਿਹਾ ਕਹਿੰਦੇ ਪਾਤਸ਼ਾਹ ਪਾਤਸ਼ਾਹ ਕਹਿੰਦੇ ਮੰਗੋ ਕੀ ਮੰਗਦੇ ਕਹਿੰਦੇ ਦਾਤਾ ਜੀ ਬਸ ਬਦਾਵਾ ਸਾਡੇ ਸਾਹਮਣੇ ਪਾੜ ਦਿਓ ਅਸੀਂ ਹੋਰ ਕੁਝ ਨਹੀਂ ਮੰਗਦੇ ਜੀ ਅਹੀਂ ਹੋ ਨਹੀਂ ਮਰਨਾ ਚਾਹੁੰਦੇ ਵੀ ਤੂੰ ਮੇਰਾ ਗੁਰੂ ਨਹੀਂ ਮੈਂ ਤੇਰਾ ਸਿੱਖ ਨਹੀਂ ਸਿੱਖ ਨਹੀਂ ਬਿਲਕੁਲ ਬਸ ਸਾਡੀ ਆਖਰੀ ਇੱਛਾ ਹੈ ਇਹੋ ਵੀ ਬਦਾਵਾ ਪਾੜ ਦੋ ਹੂੰ ਤੇ ਮੇਰੇ ਪਾਤਸ਼ਾਹ ਨੇ ਕਿਹਾ ਕਹਿੰਦੇ ਸਿੰਘੋ ਵੇਖੋ ਆਨੰਦਪੁਰੀ ਛੱਡਤੀ ਪਰਿਵਾਰ ਮੇਰਾ ਖੇਰੂ ਖੇਰੂ ਹੋ ਗਿਆ ਜੀ ਹਰ ਚੀਜ਼ ਮੇਰੇ ਤੋਂ ਵਿਛੜ ਗਈ ਪਰ ਤੁਹਾਡਾ ਬਦਾਵਾ ਵੇਖੋ ਮੈਂ ਆਪਣੇ ਕਮਰ ਕੱਸੀ ਨੇ ਜੇ ਬੰਦ ਕੇ ਰੱਖਿਆ ਹਾਂ ਉਹਦੇ ਸਾਹਮਣੇ ਪਾੜਿਆ ਤੇ ਉਹਨਾਂ ਨੂੰ ਖਤਾਬ ਦਿੱਤੇ ਮੇਰਾ 10 ਹਜ਼ਾਰੀ ਮੇਰਾ 20 ਹਜ਼ਾਰੀ ਜੀ ਇੰਨਾ ਸਤਕਾਰ ਦਿੱਤਾ ਕੱਲੇ ਕੱਲੇ ਤੇ ਸਿਰ ਤੇ ਹੱਥ ਧਰਿਆ ਜੀ ਉੱਥੇ ਫਿਰ ਮੇਰੇ ਪਾਸਚਨ ਨੂੰ ਮੁਕਤ ਕੀਤਾ ਤੇ ਇਹਨਾਂ ਦਾ ਨਾਂ ਫਿਰ ਉਹ ਧਰਤੀ ਦਾ ਨਾਂ ਮੁਕਸਰ ਪੈ ਗਿਆ ਬਿਲਕੁਲ ਉਹ ਸਰ ਟਾਬ ਸੀ ਇੱਕ ਪਾਣੀ ਦੀ ਜੀ ਤੇ ਮੁਕਤ ਕੀਤੇ ਤੇ ਉਹ ਧਰਤੀ ਦਾ ਨਾਂ ਮੁਕਸਰ ਪੈ ਗਿਆ ਤੇ ਅੱਜ ਹਰੇਕ ਸੇਖੋ ਤੇ ਸਜਦਾ ਕਰਨ ਜਾਂਦਾ ਇਹਨਾਂ ਦਿਨਾਂ ਦੇ ਅੰਦਰ ਜੀ ਵੀ ਉਥੇ ਸਾਡੇ ਉਹ ਜਿਹੜੀ ਮਾਤਾ ਭਾਗੌਰ ਦਾਪਰ ਜ਼ਿਕਰ ਕਰਦੇ ਕਿਤੇ ਹਜੂਰ ਸਾਹਿਬ ਜਾ ਕੇ ਵੇਖੋ ਜੀ ਉਹ ਸਾਡੀਆਂ ਬੀਬੀਆਂ ਕੇਵਲ ਗੱਲਾਂ ਵਾਲੀਆਂ ਨਹੀਂ ਸੀ ਹਮ ਉਹਨਾਂ ਦੇ ਹਥਿਆਰ ਤੁਸੀਂ ਵੇਖੋਗੇ ਉਥੇ ਬੰਦੂਕ ਐਡੀ ਤਕੜੀ ਹਜੂਰ ਸਾਹਿਬ ਪਈ ਏ ਉਹਨਾਂ ਦਾ ਸਥਾਨ ਬਣਿਆ ਮਾਤਾ ਭਾਗੌਰ ਦਾ ਜੀ ਜਸਵੀਰ ਸਿੰਘ ਤੂੰ ਤੇ ਮੈਂ ਰਲ ਕੇ ਨਹੀਂ ਉਹ ਆਪ ਬੰਦੂਕ ਚੱਕ ਸਕਦੇ ਅੱਛਾ ਜੀ ਸਰੀਰ ਕਰਕੇ ਉਹ ਸਾਡੀਆਂ ਮਤਾਵਾਂ ਸਾਡੇ ਵੀਰ ਕਿੰਨੇ ਬਲਵਾਨ ਸੀ ਹੂੰ ਵੀ 20 20 ਕੋ ਤੇ ਘੋੜੇ ਬਦਲਦੇ ਪੈਂਦੇ ਸੀ ਕਿੰਨਾ ਕੋ ਉਹ ਸਰੀਰ ਕਰਕੇ ਬਲਵਾਨ ਸੀ ਅੱਜ ਸਾਡੇ ਬੱਚੇ ਬੱਚੀਆਂ ਕਿੰਨਾ ਕੋ ਖਾਂਦੇ ਨੇ ਪੁਣ ਪੁਣ ਕੇ ਖਾਂਦੇ ਨੇ ਜੀ ਸਰੀਰ ਕਮਾਏ ਸੀ ਹੂੰ ਫਿਰ ਮੈਦਾਨੇ ਜੰਗ ਦੇ ਅੰਦਰ ਯੂਝੇ ਹੂੰ ਇਹ ਇਹ ਸਾਡਾ ਬੜਾ ਵੱਡਾ ਇਤਿਹਾਸ ਹੈ ਤੇ ਹੁਣ ਗੱਲ ਆਪਾਂ ਇਹ ਕਰੀਏ ਵੀ ਉਹਨਾਂ ਨੇ ਤੇ ਬਦਾਵਾ ਭਾਈ ਮਹਾ ਸਿੰਘ ਨੇ ਦਿੱਤਾ ਜੀ ਤੇ ਪੜਵਾਲਿਆ ਹੂੰ ਤੇ ਢਾਡੀ ਸਿੰਘ ਸਾਡੇ ਵਰਗੇ ਅੱਜ ਵੀ ਉਹ ਗਾਈ ਜਾਂਦੇ ਬਦਾਵਾ ਦਿੱਤਾ ਬਦਾਵਾ ਦਿੱਤਾ ਬਦਾਵਾ ਚਲੋ ਜਿਉਂ ਨਾ ਬਦਾਵਾ ਦਿੱਤਾ ਸੀ ਤੇ ਬਦਾਵਾ ਪੜਵਾਵ ਵੀ ਲਿਆ ਹੂੰ ਅਸੀਂ ਬਦਾਵਾ ਨਹੀਂ ਦਿੱਤਾ ਗੁਰੂ ਨੂੰ ਹੂੰ ਅੱਜ ਕਿਸ ਕਤਲ ਕਰਾਉਣੇ ਬਿਲਕੁਲ ਹਾਂਜੀ ਬਿਲਕੁਲ ਅੱਜ ਆਰਐਸ ਦੀ ਝੋਲੀ 'ਚ ਪੈ ਜਾਣਾ ਹੂੰ ਸਿਧਾਂਤ ਦੇ ਨਾਲ ਖਿਲਵਾੜ ਕਰਨਾ ਜੀ ਰਹਿਤ ਮਰਿਆਦਤ ਰਹਿਤ ਨਾਮਿਆਂ ਤੋਂ ਮੁਨਕਰ ਹੋ ਜਾਣਾ ਜੀ ਹੈ ਅਕਾਲ ਤਖਤ ਦੇ ਹੁਕਮ ਨੂੰ ਨਾ ਮੰਨਣਾ ਹੂੰ ਇਹ ਤੁਸੀਂ ਕੀ ਸਮਝਦੇ ਵੀ ਬਦਾਵਾ ਨਹੀਂਗਾ ਬਿਲਕੁਲ ਬਦਾਵਾ ਗੁਰੂ ਸਾਹਿਬ ਨੇ ਤੇ ਕਿਹਾ ਵੀ ਕੇਸ ਸਭ ਤੋਂ ਪਹਿਲੀ ਦਾਤ ਇਹਨਾਂ ਨੇ ਦਿੱਤੀ ਬੱਜਰ ਕਰੇ ਤਾਂ ਵੀ ਦੇਖਦਾ ਵੀ ਕੇਸ ਕਤਲ ਕਰਾਉਣ ਵਾਲਾ ਮੇਰਾ ਸਿੱਖ ਨਹੀਂ ਗਾ ਬਿਲਕੁਲ ਕੇਸਾਂ ਦੀ ਖਾਤਰ ਮੇਰੇ ਪਾਤਸ਼ਾਹ ਨੇ ਚਮਕੌਰ ਦੀ ਗੜੀ 'ਚ ਜੋੜੇ ਲਾ ਤੇ ਨਾਲ ਸਿੰਘਾਂ ਨੂੰ ਕਹਿੰਦੇ ਜੋੜੇ ਲਾ ਦਿਓ ਉਹ ਕਹਿੰਦੇ ਪਾਤਸ਼ਾਹ ਕਿਹੜੀ ਗੱਲੋਂ ਹੂੰ ਵੀ ਪਥਰੀਲਾ ਰਸਤਾ ਹੈ ਗਾਂ ਆਪਾਂ ਮਾਛੀਵਾੜੇ ਦੇ ਜੰਗਲਾਂ ਨੂੰ ਵੱਧ ਨਾ ਕੰਡੇ ਵਾਲਾ ਰਸਤਾ ਜੀ ਤੁਸੀਂ ਜੋੜਾ ਲਾਉਣ ਦੀ ਗੱਲ ਕਹਿੰਦੇ ਕਹਿੰਦੇ ਮੈਂ ਤਾਂ ਕਹਿਣਾ ਵੀ ਮੈਦਾਨੇ ਜੰਗ ਦੇ ਵਿੱਚੋਂ ਗੁਜ਼ਰਨਾ ਹੈ ਸਿੰਘਾਂ ਦੇ ਦਸਤਾਰੇ ਖੁੱਲੇ ਹੋਣਗੇ ਕੇਸ ਖੁੱਲੇ ਹੋਣਗੇ ਕਿਸੇ ਦੇ ਕੇਸਾਂ ਦੇ ਮੇਰਾ ਜੋੜਾ ਨਾ ਟਿਕ ਜੇ ਕੀ ਤੁਸੀਂ ਅੱਜ ਸਮਝਦੇ ਨਹੀਂ ਵੀ ਆ ਜਿਹੜੇ ਕੇਸ ਜੋੜਿਆਂ ਥੱਲੇ ਆ ਰਹੇ ਨੇ ਦੁਕਾਨਾਂ ਤੇ ਕਟਾਏ ਜਾ ਰਹੇ ਇਹ ਰੁਲਦੇ ਪਏ ਨੇ ਜੀ ਮੈਂ ਤੁਹਾਡੀ ਗੱਲ ਰੋਕ ਕੇ ਵਿੱਚ ਗੱਲ ਕਰ ਰਿਹਾ ਵਿਸ਼ੇ ਤੋਂ ਵੀ ਥੋੜੀ ਜੀ ਹਟਮੀ ਹੈਗੀ ਹੈ ਜੀ ਜਿੱਦਾਂ ਬਹੁਤ ਸਾਰੇ ਵੀਰ ਅਜਿਹੇ ਮਿਲ ਜਾਂਦੇ ਨੇ ਜਿਹੜੇ ਕਹਿੰਦੇ ਨੇ ਕਿ ਮਨ ਸੋਚਾ ਹੋਣਾ ਚਾਹੀਦਾ ਮਨ ਪੱਕਾ ਹੋਣਾ ਚਾਹੀਦਾ ਕੇਸਾਂ ਦਾ ਨਹੀਂ ਕੋਈ ਚੱਕਰ ਹੈਗਾ ਉਹ ਫਿਰ ਵੀਰ ਚਾਹੇ ਜਾਣੇ ਹਨ ਜਾਣੇ ਦੇ ਵਿੱਚ ਹੀ ਕਰਦੇ ਹੁਣ ਇਹ ਗੱਲਾਂ ਪਰ ਅੱਜੂ ਗੁਰੂ ਸਾਹਿਬ ਨਾਲੋਂ ਵੱਧ ਸਿਆਣੇ ਫਿਰ ਆਪਣੇ ਆਪ 'ਚ ਬਣ ਰਹੇ ਨੇ ਕਿਉਂਕਿ ਜਦੋਂ ਹੁਣੇ ਤੁਸੀਂ ਵੀ ਗੱਲ ਕੀਤੀ ਵੀ ਗੁਰੂ ਸਾਹਿਬ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਕੇਸਾਂ ਤੋਂ ਸ਼ੁਰੂਆਤ ਅਜ ਨਾ ਬੜੇ ਜਾਣੇ ਕਹਿਣਗੇ ਜੀ ਪਹਿਲੇ ਅਸੀਂ ਰਹਿਤ ਰੱਖ ਲਈਏ ਫਿਰ ਅਸੀਂ ਖੰਡੇ ਬਾਟੇ 'ਚ ਪੌਲ ਸ਼ਾ ਕਰਾਂਗੇ ਜਦੋਂ ਦਸਮ ਪਾਤਸ਼ਾਹ ਜੀ ਤਾਂ ਮਹੂ ਜੀ ਵੀ ਇੱਥੋਂ ਤੱਕ ਵੀ ਕਹਿ ਦਿੰਦੇ ਆ ਅਮਰਤ ਦੀ ਲੋੜ ਹੀ ਨਹੀਂ ਵੀ ਮੇਰਾ ਮਾਨ ਸੁੱਚਾ ਮੈਨੂੰ ਅਮਰਤ ਦੀ ਕੀ ਲੋੜ ਤੇ ਅਮਰਤ ਤਾਂ ਮਾਰੇ ਸੱਚੇ ਪਾਤਸ਼ਾਹ ਨੇ ਹੀ ਲਿਆ ਦੇਖੋ ਜੀ ਅਮਰਤ ਦੀ ਲੋੜ ਨਾ ਹੁੰਦੀ ਤੇ ਗੁਰੂ ਨੂੰ ਆਪ ਨੂੰ ਛਕਣਾ ਨਾ ਪੈਂਦਾ ਹਾਂ ਬਿਲਕੁਲ ਆਪ ਤਿਆਰ ਕੀਤਾ ਜੀ ਅਮਰਦੀ ਅਮਰ ਦਾ ਦਾਤਾ ਖੁਦ ਗੋਡੇ ਟੇਕ ਕੇ ਵੇਖੋ ਮੇਰੇ ਪਾਤਸ਼ਾਹ ਨੇ ਗੋਡੇ 10 ਲੱਖ ਫੌਜ ਦਾ ਕੀਰਾ ਸੀ ਗੋਡੇ ਨਹੀਂ ਟੇਕੇ ਹਾਂ ਦੋ ਪੁੱਤਰ ਲੜ ਕੇ ਸ਼ਹੀਦ ਹੁੰਦੇ ਦੋ ਖੜ ਕੇ ਸ਼ਹੀਦ ਹੁੰਦੇ ਮੇਰੇ ਪਾਤਸ਼ਾਹ ਨੇ ਗੋਡੇ ਨਹੀਂ ਟੇਕੇ ਜੀ ਤੇ ਜੇ ਗੋਡੇ ਟੇਕੇ ਤੇ ਅਮਰਤੀ ਦਾਤ ਲਈ ਟੇਕੇ ਸੀ ਅਮਰਤ ਮੈਨੂੰ ਵੀ ਦੇ ਦਿਓ ਖਾਲਸਾ ਜੀ ਹਾਲਾਂਕਿ ਖੁਦ ਦਾਤਾ ਜਿਹੜਾ ਉਹ ਗੋਡੇ ਟੇਕੇ ਮੰਗਤਾਂ ਦੀ ਤਰ੍ਹਾਂ ਮੰਗਦਾ ਬਿਲਕੁਲ ਜੇ ਆਪਾਂ ਗੱਲ ਕਰੀਏ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹ ਗੁਰੂ ਚੇਲਾ ਬਣਦਾ ਕਿੱਥੇ ਦੱਸ ਦਿਓ ਹਾਂ ਠੰਡੇ ਬੱਟ ਦੀ ਪੌਲਵੇਲੀ ਬਿਲਕੁਲ ਵੀ ਗੁਰੂ ਨੂੰ ਚੇਲਾ ਬਣਨਾ ਪਿਆ ਉਹ ਦਾਤ ਕਿੰਨੀ ਕੁ ਕੀਮਤੀ ਹੈ ਨਾ ਹਾਂ ਅਮਰਦੀ ਜਿਹੜੇ ਕਹਿੰਦੇ ਨੇ ਚਲੋ ਮੈਂ ਇਹ ਨਹੀਂ ਕਹਿੰਦਾ ਮਨ ਜਿਹੜੇ ਕਹਿੰਦੇ ਨੇ ਰਹਿਤ ਰੱਖੀ ਹੈ ਪਹਿਲਾਂ ਜੀ ਤੇ ਗੁਰੂ ਸਾਹਿਬ ਦੀ ਰਹਿਤ ਨਾਮੇ ਦਸਮ ਪਾਤਸ਼ਾਹ ਜੀ ਕਹਿੰਦੇ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪੌਲ ਛਗੇ ਸੋਈ ਸਿੰਘ ਪ੍ਰਦਾਨ ਅਵਰਨਾ ਪੌਲ ਜਲੇ ਵੈ ਜੀ ਗੁਰੂ ਸਾਹਿਬ ਕਹਿੰਦੇ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪੌਲ ਛਗੇ ਕਹਿੰਦੇ ਮੇਰੀਆਂ ਨਜ਼ਰਾਂ ਪਹਿਲੀ ਰਹਿਤ ਖੰਡੇ ਦੀ ਪੌਲੇ ਇਸ ਤੋਂ ਬਾਅਦ ਦੂਜੀਆਂ ਰਹਿਤਾਂ ਸ਼ੁਰੂ ਹੁੰਦੀਆਂ ਜੀ ਅਸੀਂ ਕਹਿੰਦੇ ਇਹ ਪਹਿਲਾਂ ਰੱਖਾਂਗੇ ਤੇ ਫਿਰ ਚੱਕਾਂਗੇ ਹਾਂ ਦੂਜੀ ਗੱਲ ਜਿਹੜੀ ਤੁਸੀਂ ਮਨ ਦੀ ਗੱਲ ਕੀਤੀ ਠੀਕ ਹੈ ਬੜੀ ਸੋਹਣੀ ਗੱਲ ਐ ਮਨ ਪੱਕਾ ਹੋਣਾ ਚਾਹੀਦਾ ਮੈਂ ਨਹੀਂ ਕਹਿੰਦਾ ਵੀ ਨਹੀਂ ਕਈ ਵਾਰ ਹੁੰਦਾ ਵੀ ਉੱਤੋਂ ਕਕਾਰ ਪਾਏ ਹੁੰਦੇ ਮਨ ਦੇ ਵਿੱਚ ਸਿੱਖੀ ਨਹੀਂ ਹੁੰਦੀ ਜੀ ਸੋਚ ਸੋਚ ਦੇ ਵਿੱਚ ਸਿੱਖੀ ਨਹੀਂ ਹੁੰਦੀ ਸਿੱਖੀ ਸੋਚ ਦੀ ਐ ਹਾਂ ਸਿੱਖੀ ਸਿੱਖਿਆ ਗੁਰ ਵਿਚਾਰ ਜੀ ਹੁਣ ਕਬਰਾਂ ਦੇ ਪ੍ਰਧਾਨ ਬਣੇ ਨੇ ਹਮ ਉੱਤੋਂ ਦੀ ਗਾਤਰੇ ਪਾਏ ਨੇ ਹਮ ਤੇ ਗੁਰੂ ਘਰਾਂ ਦੇ ਪ੍ਰਧਾਨ ਦਾੜੇ ਕੱਟ ਵੀ ਬਣੇ ਹੋਏ ਨੇ ਬੜਾ ਕੁਝ ਹੋਇਆ ਜੀ ਗੱਲ ਤੇ ਈ ਹੋਈ ਐ ਨਾ ਵੀ ਗੱਲ ਐ ਆ ਵੀ ਆਪਾਂ ਜਿਹੜੀ ਗੱਲ ਕਰ ਰਹੇ ਸਾਂ ਵੀ ਸੋਚ ਜਿਹੜੀ ਹੈ ਜੀ ਜੇ ਤੁਸੀਂ ਕਹਿੰਦੇ ਵੀ ਮੇਰੀ ਸੋਚ ਸਾਫ਼ ਹੈ ਜਿਵੇਂ ਤੁਸੀਂ ਕਹਿਤਾ ਮੇਰਾ ਮਨ ਪੱਕਾ ਹੈ ਹਾਂ ਜੇ ਅੰਦਰ ਸਿੱਕੀ ਹੈ ਨਾ ਕਈ ਕਹਿੰਦੇ ਮੇਰੇ ਅੰਦਰ ਹੈ ਜੀ ਮੇਰੇ ਅੰਦਰ ਸਿੱਕੀ ਹੈਗੀ ਹੈ ਜੀ ਦੁਨੀਆ ਦਾ ਕੋਈ ਬੀਜ ਇਹੋ ਜਿਹਾ ਬਣਿਆ ਨਹੀਂ ਵੀ ਧਰਤੀ ਚ ਬੀਜੀਏ ਤੇ ਧਰਤੀ ਦੀ ਹਿੱਕ ਪਾੜ ਕੇ ਬਾਹਰ ਨਾ ਆਵੇ ਬਿਲਕੁਲ ਜੇ ਬਾਹਰ ਨਹੀਂ ਆਇਆ ਤੇ ਸਮਝੋ ਬੀਜ ਬੰਦਾ ਪਰ ਅੰਦਰ ਵੀ ਹੈ ਨਹੀਂ ਜੇ ਬੀਜ ਉਹ ਦੇਦੇ ਖਤਮ ਹੈ ਜੀ ਜੀ ਕਣਕ ਦਾ ਦਾਣਾ ਸਾਲ ਬਾਅਦ ਵੀ ਆਪਾਂ ਕੀਰਦੇ ਆ ਕਣਕ ਜੀ ਬੀਜਦੇ ਆ ਨਾ ਉਗ ਕੇ ਬਾਹਰ ਆਉਂਦਾ ਬਿਲਕੁਲ ਜੀ ਤੇ ਜਿਹੜਾ ਕਰਨ ਡਿਆ ਜਾਵੇ ਉਹ ਕਹਿੰਦੇ ਨਹੀਂ ਹੋ ਗਿਆ ਹੂੰ ਸੋ ਕਹਿਣ ਤੋਂ ਮਰਾਦ ਇਹ ਵੀ ਜੇ ਅੰਦਰ ਸਿੱਖੀ ਤੇ ਬਾਹਰ ਆਏਗੀ ਹੋ ਸਕਦਾ ਬਾਹਰ ਹੀ ਸਿੱਖੀ ਅੰਦਰ ਨਾ ਜਾਵੇ ਜੀ ਵੀ ਭੇਖ ਹੋਵੇ ਬਾਹਰੀ ਹੂੰ ਆਰਐਸਐਸ ਨੇ ਵੀ ਨਕਲੀ ਸਿੱਖ ਤਿਆਰ ਕੀਤੇ ਤੁਹਾਨੂੰ ਪਤਾ ਹੀ ਸਾਰੀ ਕਹਾਣੀ ਦਾ ਬਿਲਕੁਲ ਜੀ ਬਦਨਾਮ ਕਰਨ ਵਾਸਤੇ ਸਿੱਖਾਂ ਨੂੰ ਬੜਾ ਕੁਝ ਹੋ ਰਿਹਾ ਹੂੰ ਉਹ ਤੇ ਆਪਾਂ ਕਹਿ ਸਕਦੇ ਆ ਵੀ ਬਾਹਰੀ ਭੇਖ ਏ ਹੂੰ ਪਰ ਜੇ ਮੈਂ ਕਹਿੰਦਾ ਵੀ ਅੰਦਰ ਇਹ ਤੋਂ ਬਾਹਰ ਨਾ ਆਵੇ ਹੂੰ ਇਹ ਹੋ ਨਹੀਂ ਸਕਦਾ ਇਹ ਹੋ ਨਹੀਂ ਸਕਦਾ ਹੂੰ ਸੋ ਜਿਹੜੇ ਅੰਦਰ ਵਾਲੀ ਗੱਲ ਕਰਦੇ ਮੈਨੂੰ ਲੱਗਦਾ ਵੀ ਉਹ ਕਿਤੇ ਉਹ ਗੋਂਗਣਾ ਤੋਂ ਮਿੱਟੀ ਝਾੜਦੇ ਜਿਵੇਂ ਸਰਕਾਰਾਂ ਝਾੜਦੀਆਂ ਵੀ ਅਜੇ ਉਹਨਾਂ ਦਾ ਮਨ ਨਹੀਂ ਬਣਿਆ ਜੀ ਸੋ ਇਹ ਮੈਂ ਕਹਿੰਨਾ ਵੀ ਅਮਰਤ ਨਾ ਛਕਣਾ ਵੀ ਗੁਰੂ ਨੂੰ ਵਦਾਵਾ ਹੈ ਜੀ ਹੂੰ ਜੀ ਵੀ ਗੁਰੂ ਸਾਹਿਬ ਨੇ ਆਪ ਛਕਿਆ ਤੇ ਉਹਨਾਂ ਨੇ ਸਿੰਘ ਜਿਹੜਾ ਮਗਰ ਸਿੰਘ ਲਾ ਰਿਆ ਨਾਮ ਦੇ ਪਿੱਛੇ ਜੀ ਮੇਰੇ ਪਾਸਾ ਨੇ ਜਦੋਂ ਖੰਡੇ ਬੱਟ ਦੀ ਪੌਲ ਲਈ ਨਾ ਗੋਡੇ ਟੇਕੀ ਕਹਿੰਦੇ ਅੰਮ੍ਰਿਤ ਮੈਨੂੰ ਵੀ ਦੇ ਦਿਓ ਖਾਲਸਾ ਜੀ ਮੈਨੂੰ ਨਾਮ ਤੇ ਕੌਮ ਦੀ ਚੜੇ ਰੰਗਤ ਮੈਂ ਵੀ ਮੰਨ ਲਾਂ ਰੱਬੀ ਹੁਲਾਰਿਆਂ ਨੂੰ ਇਹ ਸੁਣ ਦਇਆ ਸਿੰਘ ਮੋੜ ਜਵਾਬ ਦਿੱਤਾ ਇਸ ਭਾਪਿਆ ਸੌਦਾ ਵਣ ਜਾ ਰਿਆ ਨਾ ਮੁਕਤ ਲਿਆ ਨਾ ਮੁਕਤ ਦੇਣਾ ਮਿਲਦਾ ਸਿਰ ਦੇ ਬੋਬੇ ਤਾਰੇ ਨੂੰ ਬਿਲਕੁਲ ਭਾਈ ਮਹਾ ਸਿੰਘ ਨੇ ਕਿਹਾ ਦਾਤਾ ਜੀ ਭਾਈ ਮਹਾ ਸਿੰਘ ਨੇ ਨਹੀਂ ਭਾਈ ਦਇਆ ਸਿੰਘ ਭਾਈ ਦਇਆ ਸਿੰਘ ਨੇ ਕਿਹਾ ਵੀ ਦਾਤਾ ਜੀ ਇਹ ਮੁਕਤ ਨਹੀਂ ਲਿਆ ਜੀ ਤੁਸੀਂ ਇਥੇ ਸੀਸ ਮੰਗਿਆ ਹੈ ਲੱਖਾਂ ਦੇ ਕੱਠ ਦੇ ਵਿੱਚ ਸੀਸ ਦੇ ਕੇ ਅੰਮ੍ਰਿਤ ਲਿਆ ਜੀ ਨਾ ਮੁਖਤ ਲਿਆ ਨਾ ਮੁਖਤ ਦੇਣਾ ਜੀ ਕਿ ਮਿਲਦਾ ਸਿਰ ਦੇ ਬੋਬੇ ਤਾਰਿਆਂ ਅੱਜ ਮੁਖਤ ਮਿਲ ਰਿਹਾ ਕਿ ਤਾਂ ਨਹੀਂ ਕਦਰ ਜਾਣਦੇ ਤੇ ਮੇਰੇ ਪਾਤਸ਼ਾਹ ਨੇ ਉਦੋਂ ਕਿਹਾ ਸੀ ਗੋਬਿੰਦ ਰਾਏ ਕਿ ਹਾਂ ਰੱਬ ਨੂੰ ਗਵਾਹ ਲੈ ਲਓ ਕਿਤੇ ਬੋਲਾਂ ਤੇ ਪੂਰਨੇ ਪਾ ਦਿਆਂਗਾ ਤੁਸੀਂ ਅੰਮ੍ਰਿਤ ਲਈ ਇੱਕ ਇੱਕ ਸੀਸ ਦਿੱਤਾ ਮੈਂ ਆਪਣਾ ਸਰਬੰਸ ਲੁਟਾ ਦਿਆਂਗਾ ਵਾਹਿਗੁਰੂ ਲੁਟਾਇਆ ਵੀ ਮੁਖਸਫ ਜੀਨਾ ਨੇ ਨੌਜਵਾਨੀ ਨੂੰ ਪ੍ਰੇਰਿਤ ਕਰਕੇ ਵੈਸੇ ਤਾਂ ਪ੍ਰੇਰਣਾ ਸਾਡੇ ਗੁਰੂ ਦੀ ਬੜੀ ਏ ਸਾਡੇ ਇਤਿਹਾਸ ਦੀ ਬੜੀ ਏ ਬੇ ਅਸੀਂ ਉਧਰੋਂ ਮੂੰਹ ਮੋੜੇ ਹੋਏ ਆ ਫਿਰ ਵੀ ਮੈਂ ਕਹਿੰਦਾ ਵੀ ਜਿਨ੍ਹਾਂ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਆ ਜਿਹੜੇ ਬਦਾਅਵਿਆਂ ਦਾ ਅਸੀਂ ਜ਼ਿਕਰ ਕੀਤਾ ਇਹ ਬਦਾਅਵੇ ਪੜਵਾਉਣੇ ਸੀ ਹੂੰ ਉਹ ਆਪ ਬਦਾਅਵੇ ਦਈ ਬਿਠੇ ਨੇ ਹੂੰ ਉਹ ਆਪਣੇ ਬਦਾਅਵੇ ਕਿਤੇ ਪੜਵਾ ਪਹਿਣਗੇ ਨੌਜਵਾਨਾਂ ਦੇ ਨਵੇਂ ਬੱਚਿਆਂ ਦੇ ਬਦਾਅਵੇ ਪੜਵਾਉਣ ਦੀ ਛੱਡੋ ਉਹ ਆਪਣੇ ਬਦਾਅਵੇ ਕਦੇ ਪੜਵਾ ਪਹਣਗੇ ਬੜੀ ਕੀਮਤੀ ਗੱਲ ਕਹੀ ਤੁਸੀਂ ਇਕੋ ਅਸੀਂ ਅੰਦਰੋਂ ਕੋਜਾਂ ਤੇ ਬਾਹਰੋਂ ਕੋਜਾਂ ਜੀ ਪਰ ਜਿਹੜੇ ਅੰਦਰੋਂ ਬਾਹਰੋਂ ਨਾ ਦਿਲੋਂ ਮੁਹਵਤ ਜਿਨ ਸਹੀ ਸੱਚਾ ਜਿਨ ਮਨ ਹੋਰ ਮੁਖੋਰ ਸੇ ਕਾਂਢੇ ਕੱਚੇ ਗੁਰੂ ਸਾਹਿਬ ਨੇ ਕਿਹਾ ਜੀ ਬਾਬਾ ਫਰੀਦ ਜੀ ਹਰਾਨੇ ਜਬਾਣੀ ਪੜਦੇ ਭਗਤਾਂ ਦੀ ਉਹਨਾਂ ਨੇ ਕਹਿਤਾ ਜੀ ਕਹਿੰਦੇ ਜਿਹੜੇ ਮਨ ਕਰਕੇ ਹੋਰ ਨੇ ਅੰਦਰੋਂ ਕੁਝ ਹੋਰ ਨੇ ਉਹ ਕੱਚੇ ਪਿੱਲੇ ਨੇ ਜੀ ਅੰਦਰੋਂ ਬਾਹਰੋਂ ਜਿਹੜੇ ਇੱਕ ਹੋ ਗਏ ਉਹ ਸੱਚੇ ਨੇ ਜੀ ਲੋਕਾਂ ਨੂੰ ਤੁਸੀਂ ਸੰਗਤ ਨੂੰ ਧੋਖਾ ਦੇ ਸਕਦੇ ਲੋਕਾਂ ਨੂੰ ਤੇ ਇੱਕ ਧੋਖਾ ਦੇ ਸਕਦੇ ਹੋ ਰੱਬ ਨੂੰ ਧੋਖਾ ਨਹੀਂ ਦੇ ਸਕਦੇ ਹੂੰ ਬਿਲਕੁਲ ਸੱਚੀ ਤੇ ਗੱਲ ਇਹ ਆ ਵੀ ਰੱਬ ਨੂੰ ਧੋਖਾ ਦੇਈ ਫਿਰਦਿੰਨੀ ਲੋਗਨ ਆਰਾਮ ਖਲੋਣਾ ਜਾਣਾ ਜਿਹੜਾ ਗੁਰੂ ਸਾਹਿਬ ਨੇ ਕਿਹਾ ਸੀ ਨਾ ਵੀ ਉਸ ਵੇਲੇ ਦੇ ਜਿਹੜੇ ਪੁਜਾਰੀ ਸੀ ਜੀ ਉਹੀ ਪੁਜਾਰੀ ਅੱਜ ਸਾਡੇ ਚ ਆ ਗਏ ਨੇ ਬਿਲਕੁਲ ਬਾਹੀ ਆ ਵੀ ਉਹ ਮਾਲਾ-ਮੂਲਾ ਪਾਉਂਦਾ ਤਿਲਕ ਲਾਉਂਦਾ ਧੋਤੀ ਬੰਨਦਾ ਹੈ ਨਚੋਲੇ ਪਾਲੇ ਨੇ ਬਹੁਤਿਆਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਹੂੰ ਬਸ ਇਹ ਵੀ ਉਹ ਪੁਜਾਰੀ ਬਾਦ ਜਿਹੜਾ ਗੁਰੂ ਸਾਹਿਬ ਨੇ ਖੰਡਣ ਕੀਤਾ ਗੁਰਬਾਣੀ ਕਰਮ ਧਰਮ ਪਖੰਡ ਜੋ ਦੀਸੇ ਤੈਨੂੰ ਜਮ ਜਗਾਤੀ ਲੁੱਟਿਆ ਜੀ ਕਹਿੰਦੇ ਧਰਮ ਦੇ ਨਾਂ ਤੇ ਜਿਹੜੇ ਤੂੰ ਕਰਮ ਪਖੰਡ ਕਰ ਰਹਿਆ ਤੇ ਲੋਕਾਂ ਨੂੰ ਪਾ ਰਹਿਆ ਜੀ ਤੈਨੂੰ ਜਮਾਂ ਦੀ ਮਾਰ ਪਾਏਗੀ ਬਿਲਕੁਲ ਸੋ ਅੱਜ ਇਹ ਜਿਹੜੇ ਉਹੀ ਗੱਲ ਤੁਹਾਡੀ ਠੀਕ ਹੈ ਵੀ ਅੱਜ ਉਹਨਾਂ ਤੇ ਵਦਾਵਾ ਪਾਈ ਮਹਾ ਸਿੰਘਣਾ ਨੇ ਤੇ ਪੜਵਾਲਿਆ ਜੀ ਉਹਨਾਂ ਦੇ ਨਾਲ ਦੇ ਸਾਥੀਆਂ ਨੇ ਪੜਵਾਲਿਆ ਜੀ ਜਿਹੇ ਦਿੱਤਾ ਸੀ ਵਦਾਵਾ ਤੇ ਉਹ ਤੇ ਮੁਕਤ ਹੋ ਗਏ ਜੀ ਕੀ ਅਸੀਂ ਮੁਕਤ ਹੋਵਾਂਗੇ ਹਾਂ ਅੱਜ ਉਹ ਬਾਬਿਆਂ ਦੀ ਗੱਲ ਛੱਡੋ ਉਹ ਤੇ ਤੁਸੀਂ ਦੁਨੀਆ ਜਾਣਦੀ ਉਹਨਾਂ ਨੂੰ ਸਾਰਿਆਂ ਨੂੰ ਹਮ ਆਪਾਂ ਕਿੱਥੋਂ ਮੁਕਤ ਹੋਣਾ ਹੈ ਅੱਜ ਅੱਜ ਮਹੀਨੇ ਦੇ ਵਿੱਚ ਵੀ ਕਾਮ ਕ੍ਰੋਧ ਲੋਭ ਹੰਕਾਰ ਦਾ ਜ਼ਿਕਰ ਹੋਇਆ ਗੁਮਾਨ ਦਾ ਜ਼ਿਕਰ ਹੋਇਆ ਜੀ ਅਸੀਂ ਵੀ ਇਸ ਬੰਧਨ ਤੋਂ ਮੁਕਤ ਹੋਣਾ ਹੈ ਹਮ ਅਸੀਂ ਮਾਗੀ ਨੂੰ ਇੱਕ ਤਿਹਾਰ ਬਣਾ ਲਿਆ ਜਿਵੇਂ ਅਸੀਂ ਪਹਿਲੇ ਤਿਹਾਰ ਮਨਾਏ ਉਸੇ ਤਰ੍ਹਾਂ ਮਾਗੀ ਦਾ ਤਿਹਾਰ ਬਣਾ ਲਿਆ ਤੇ ਮਨਾ ਲਿਆ ਨਾ ਅਸੀਂ ਰਤਾ ਭਰ ਪਹਿਲਾਂ ਨਾਲੋਂ ਬਦਲੇ ਇਹ ਨਾਮ ਨੂੰ ਲੱਗਦਾ ਸੀ ਬਦਲ ਸਕਦਾ ਦਿਨ ਨਾ ਮਨਾਓ ਗੁਰੂ ਨੂੰ ਮਨਾਓ ਤੇ ਗੁਰੂ ਨੂੰ ਮਨਾਉਣ ਲਈ ਇੱਕ ਐਪ ਛੱਡਣਾ ਪਏਗਾ ਜੀ ਝੂਠ ਬੋਲਣ ਵਾਲਾ ਹੈਰਾ ਫੇਰੀ ਕਰਨ ਵਾਲਾ ਕੁਝ ਨਾ ਕੁਝ ਹਰੇਕ ਬੰਦੇ ਤੁਹਾਡੇ ਮੇਰੇ ਚ ਐਪ ਹੈ ਨੇ ਜੀ ਬੜੇ ਐਬ ਨੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਤੇ ਮੈਨੂੰ ਆਪਣੇ ਆਪ ਨੂੰ ਤੇ ਬੰਦੇ ਨੂੰ ਜ਼ਿਆਦਾ ਪਤਾ ਹੁੰਦਾ ਬਿਲਕੁਲ ਵੈਸੇ ਦੂਜੇ ਨੂੰ ਪਤਾ ਹੁੰਦਾ ਪਰ ਇਹ ਹੈ ਵੀ ਉਹ ਮੈਂ ਕਿੰਨਾ ਵੀ ਇੱਕ ਐਪ ਛੱਡ ਕੇ ਆਪਾਂ ਗੁਰੂ ਵਾਲੇ ਬਣ ਕੇ ਇੱਕ ਐਪ ਤੋਂ ਅਜ ਮੁਕਤ ਹੋਈਏ ਅਰਦਾਸ ਬੇਨਤੀ ਕਰੀਏ ਵੀ ਦਾਤਾ ਮੈਨੂੰ ਫਲਾਣੇ ਐਪ ਤੋਂ ਮੁਕਤ ਕਰ ਦੇ ਜੇ ਕੋਈ ਸ਼ਰਾਬ ਪੀਂਦਾ ਉਹ ਜੇ ਕੋਈ ਕੈਸ ਕਰਦਾ ਉਹ ਬੜੇ ਬੰਦੇ ਨੇ ਕੋਈ ਝੂਠ ਮਾਰਨ ਦੀ ਆਦਤ ਨੇ ਠੱਗੀਆਂ ਮਾਰਨ ਦੀ ਆਦਤ ਹੁੰਦੀ ਹੈ ਸੋ ਬੜਾ ਕੁਝ ਹੋ ਰਿਹਾ ਸਮਾਜ ਦੇ ਵਿੱਚ ਕੋ ਮਾਂ ਪਿਓ ਦੀ ਸੇਵਾ ਤੋਂ ਮੁਨਕਰੇ ਕੋਈ ਕਿਵੇਂ ਆ ਕੋ ਕਿਵੇਂ ਆ ਬੜਾ ਕੁਝ ਜੀ ਕੋ ਗੁਰੂ ਘਰ ਦੀਆਂ ਗੋਲਕਾਂ ਨੂੰ ਵੱਡਾ ਲਾਈ ਜਾਂਦਾ ਹੈ ਬੜਾ ਕੁਝ ਹੋ ਰਿਹਾ ਹੈ ਕੋ ਦਸ਼ਮੰਦ ਨੂੰ ਵੱਡਾ ਲਾ ਰਿਹਾ ਬੜਾ ਕੁਝ ਹੋ ਰਿਹਾ ਸੋ ਜਿਹਨੂੰ ਪਤਾ ਹੈ ਵੀ ਮੇਰੇ ਚ ਐਪ ਵੀ ਮੈਂ ਕਹਿੰਦਾ ਵੀ ਇਸ ਦਿਨ ਜੀ ਵੈਸੇ ਤੇ ਮੈਂ ਕਹਿੰਦਾ ਵੀ ਹਰੇਕ ਪੁਰਵ ਤੇ ਇੱਕ ਐਬ ਛੱਡਣਾ ਚਾਹੀਦਾ ਹੈ ਤੇ ਮੈਨੂੰ ਲੱਗਦਾ ਵੀ ਬਹੁਤ ਆ ਸਮਾਂ ਨਹੀਂ ਹੋਏਗਾ ਜਦੋਂ ਐਬ ਮੁਕਤ ਹੋ ਜਾਓਗੇ ਬਿਲਕੁਲ ਪਰ ਆ ਆ ਆ ਜਿਹੜਾ ਨਾ ਆ ਦਿਨ ਜੇ ਮੁਕਤ ਹੋਣਾ ਹੈ ਜੀ ਤੇ ਕੋ ਵੀ ਪਾਤਸ਼ਾਹ ਮੇਰਾ ਵੀ ਬਦਾਵਾ ਪਾੜੋ ਮੈਂ ਆ ਚੀਜ਼ ਦਾ ਬਦਾਵਾ ਦਈ ਫਿਰਦਾ ਤੁਸੀਂ ਗੁਰਬਾਣੀ ਜੇ ਇਸ ਚੀਜ਼ ਦਾ ਖੰਡਨ ਕਰਦੇ ਜੇ ਮੈਂ ਉਹਦੇ ਤੇ ਚੱਲਦਾ ਪਿਆ ਬਿਲਕੁਲ ਤੁਸੀਂ ਸ਼ਰਾਬ ਪੀਣ ਦਾ ਖੰਡਨ ਕਰਦੇ ਹੋ ਜਿੱਤ ਪੀਤੇ ਮਤਦੂਰ ਮੈਂ ਪੀਣਾ ਬਿਲਕੁਲ ਮੈਨੂੰ ਇਹ ਨਸ਼ੇ ਤੋਂ ਮੁਕਤ ਕਰ ਦਿਓ ਅੱਜ ਕਿਰਪਾ ਕਰੋ ਮੇਰਾ ਬਦਾਵਾ ਆ ਮੈਂ ਲਿਖਿਆ ਆ ਤੁਹਾਨੂੰ ਬਦਾਵਾ ਵੀ ਤੁਸੀਂ ਨਸ਼ੇ ਆਂਦੇ ਜੇ ਨਹੀਂ ਤੇ ਮੈਂ ਅੜ ਕੇ ਨਸ਼ਾ ਕਰਦਾ ਫਿਰ ਇਹ ਮੇਰੇ ਵੱਲੋਂ ਬਦਾਵਾ ਵੀ ਤੂੰ ਮੇਰਾ ਗੁਰੂ ਨਹੀਂ ਤੇ ਮੈਂ ਤੇਰਾ ਸਿੱਖ ਨਹੀਂ ਬਿਲਕੁਲ ਹੂੰ ਜੇ ਗੱਲ ਹੀ ਨਹੀਂ ਮੰਨੀ ਜੇ ਗੱਲ ਹੀ ਨਹੀਂ ਮੰਨੀ ਗੱਲ ਇਹ ਵੀ ਹਰੇਕ ਇਤਿਹਾਸ ਜਿਹੜਾ ਨਾ ਭਾਵੇਂ 500 ਸਾਲ ਪੁਰਾਣਾ ਜਸਬੀਰ ਸਿੰਘ ਜੀ ਭਾਵੇਂ 300 ਸਾਲ ਭਾਵੇਂ ਕਿੰਨੇ ਸਾਲ ਪੁਰਾਣਾ ਜੀ ਜੋ ਸਾਡਾ ਅੱਜ ਨਹੀਂ ਬਦਲ ਸਾਡਾ ਸੁਣਾਉਂ ਦਾ ਕੋਈ ਫਾਇਦਾ ਨਹੀਂ ਹਾਂ ਇਤਿਹਾਸ ਦੇ ਵਿੱਚੋਂ ਸੇਧ ਮਿਲਦੀ ਆਪਾਂ ਹਰੇਕ ਸਾਖੀ ਆਪਾਂ ਨੂੰ ਜ਼ਬਾਨੀ ਚੇਤੇ ਆ ਪਰ ਉਹਦੀ ਅੰਤਰੀ ਸਿੱਖਿਆ ਚੇਤੇ ਨਹੀਂ ਬਿਲਕੁਲ ਦੁਨੀਆ ਦੇ ਵਿੱਚ ਕੋਈ ਸਟੋਰੀ ਐਹੋ ਜੀ ਹੈ ਨਹੀਂ ਵੀ ਜਿਹਦਾ ਮੋਰਲ ਨਾ ਹੋਵੇ ਜੀ ਸਿੱਖਿਆ ਲੈਣ ਦੀ ਲੋੜ ਹੈ ਵੀ ਇਹ ਇਸ ਜਿਹੜੇ ਪੁਰਵ ਤੋਂ ਅੱਜ ਸਾਨੂੰ ਸਿੱਖਿਆ ਕੀ ਮਿਲਦੀ ਹੈ ਵੀ ਮੇਰੇ ਪਾਤਸ਼ਾਹ ਜੇ ਉਹਨਾਂ ਨੂੰ ਮੁਕਤ ਕਰਤਾ ਮੁਕਤ ਅਸੀਂ ਵੀ ਹੋ ਸਕਦੇ ਜਿੰਨੇ ਵੀ ਗੁਰੂ ਘਰਾਂ ਦੇ ਅਸੀਂ ਦਰਸ਼ਨ ਕਰਨ ਜਾਂਦੇ ਹਾਂ ਹਰ ਗੁਰੂ ਘਰ ਦੇ ਵਿੱਚ ਇਤਿਹਾਸ ਸਿੱਖਿਆ ਦੇ ਰੂਪ ਵਿੱਚ ਪਿਆ ਹੋਇਆ ਹੈ ਬਿਲਕੁਲ ਬਿਲਕੁਲ ਪਰ ਅਸੀਂ ਮਾਫ ਕਰਨਾ ਸੀ ਮੇਲਾ ਵੇਖਣ ਜਾਣਾ ਮੇਲਾ ਆ ਹੁਣ ਇੱਕ ਮੇਲਾ ਬਣ ਜਾਣਾ ਹੈ ਬਣਿਆ ਅਸੀਂ ਨੂੰ ਨਾਂ ਵੀ ਜੋੜ ਮੇਲੇ ਦੇ ਦਿੰਨੇ ਆ ਹਾਲਾਂਕਿ ਸਭਾ ਸੀ ਕਿਸੇ ਵੇਲੇ ਸਹਬਜ਼ਾਦਿਆਂ ਦੇ ਸ਼ੀਦੀ ਦਿਹਾੜਿਆਂ ਨੂੰ ਅਸੀਂ ਮੇਲਾ ਕਹਤਾ ਜੋੜ ਮੇਲਾ ਇੱਥੇ ਵੀ ਹੁਣ ਮਾਗੀ ਜੋੜ ਮੇਲਾ ਇਹ ਜਿਵੇਂ ਤੁਸੀਂ ਕਹਤਾ ਮੇਲਾ ਬਣਾਤਾ ਬਸ ਅਸੀਂ ਉੱਥੇ ਸੋਚਦੇ ਵੀ ਇਸ਼ਨਾਨ ਕਰ ਲਿਆ ਤੇ ਅਸੀਂ ਅਸੀਂ ਮਤਲਬ ਅੱਜ ਤੋਂ ਬਸ ਸਾਲ ਭਰ ਜੋ ਮਰਜ਼ੀ ਕਰੀਂ ਆਨੰਦ ਲਾਓ ਪਾਪ ਕਮਾਓ ਨਸ਼ੇ ਖਾਓ ਝੂਠ ਸੱਚ ਬੋਲੋ ਆਪਾਂ ਮੁਕਤ ਹੋ ਜਾਣਾ ਮਾਗੀ ਵਾਲੇ ਦੇ ਮੱਥਾ ਟੇਕ ਆਈ ਉੱਥੇ ਦੇ ਇਸ਼ਨਾਨ ਕਰੀਏ ਇਹੋ ਹੀ ਵਹਿਮ ਪਰਮ ਜਿਹੜੇ ਹੀ ਹਿੰਦੂ ਧਰਮ ਦੇ ਵਿੱਚ ਸੀ ਜਿਹੜੇ ਉਸ ਵੇਲੇ ਦੇ ਪਜਾਰੀਆਂ ਨੇ ਪਾਏ ਸੀ ਜੀ ਤੇ ਗੁਰੂ ਸਾਹਿਬ ਨੇ ਉਹ ਖੰਡਨ ਕੀਤੇ ਸੀ ਹੂੰ ਕਹਿੰਦੇ ਇਸ਼ਨਾਨ ਕਰਿਆ ਨਹੀਂ ਚ ਠੀਕ ਹੈ ਸਰੀਰ ਦੀ ਸੁੱਚਮਤਾ ਵੀ ਜ਼ਰੂਰੀ ਹੈ ਹੂੰ ਪਰ ਸੁਚੇ ਇਹ ਨਾ ਕਿ ਬਹਿਣ ਜੋ ਪਿੰਡਾ ਤੋਂ ਸੁਚੇ ਸਹੀ ਨਾਨਕਾ ਜੇ ਮਨ ਵਸਿਆ ਸੋਇ ਪਿੰਡਾ ਤੋਂ ਉਹ ਨਾ ਸੁਚੇ ਨਹੀਂ ਹੋਣਾ ਮਨ ਮਨ ਕਰਕੇ ਸੁਚੇ ਹੋਣਾ ਜੀ ਜੇ ਤੁਹਾਡਾ ਪਿੰਡਾ ਸੁਚਾ ਹੈ ਮਨ ਚ ਹੀ ਕੋਈ ਗਲਤ ਚੱਲੀ ਜਾਂਦਾ ਖਿਆਲ ਵੀ ਉਹਨੂੰ ਅੱਜ ਆਪਾਂ ਉਹਦਾ ਕਤਲ ਕਰਨਾ ਅੱਜ ਉਹਨੂੰ ਠੱਗਣਾ ਹੈ ਹੈ ਸੱਜਣ ਠੱਗ ਵਾਂਗੂ ਮਨ ਦੇ ਵਿੱਚ ਉਹਨੂੰ ਲੁੱਟਣਾ ਅੱਜ ਉਹਦਾ ਮਾੜਾ ਕਰਨਾ ਜਾਂ ਆਹ ਕਰਨਾ ਉਹ ਕਰਨਾ ਜੇ ਮਨ ਚ ਇਹੋ ਹੀ ਚੱਲੀ ਗਿਆ ਜੀ ਤੇ ਫਿਰ ਤੁਹਾਡਾ ਬਿਬਾਰੀ ਉਹ ਇਸ਼ਾਨਾਨ ਕੀਤਾ ਕਿ ਕੰਮ ਆਇਆ ਜੀ ਗੁਰੂ ਸਾਹਿਬ ਨੇ ਕਿਹਾ ਵੀ ਮਨ ਨੂੰ ਸੁਚਾ ਕਰ ਤੇ ਮਨ ਨੂੰ ਸੋਚਾ ਕਰਨ ਲਈ ਪਾਤਸ਼ਾਹ ਨੇ ਕਹਤਾ ਵੀ ਪ੍ਰਮਾਤਮਾ ਦਾ ਨਾਮ ਹੀ ਹੈ ਜਿਹੜਾ ਤੇਰੀ ਸੋਚ ਨੂੰ ਬਦਲ ਸਕਦਾ ਹੈ ਬਿਲਕੁਲ ਮੇਰੇ ਪਾਤਸ਼ਾਹ ਜਿੱਥੇ-ਜਿੱਥੇ ਵੀ ਗਏ ਵੇਖੋ ਉਦਾਸੀਆਂ ਦੇ ਦੌਰਾਨ ਇੱਕ-ਇੱਕ ਸ਼ਬਦ ਦੀ ਸੁਨਾਇਆ ਉਹਨੂੰ ਸ਼ਬਦ ਜ਼ੁਬਾਨੀ ਕੰਠ ਹੋ ਗਏ ਅਸੀਂ ਲੋਕਾਂ ਨੂੰ ਸੁਣਾਈ ਜਾਂਦੇ ਹਾਂ ਪਰ ਉਹ ਸ਼ਬਦ ਨੇ ਐ ਬਾਣ ਵਾਂਗੂ ਉਹਨਾਂ ਤੇ ਵਾਰ ਕੀਤਾ ਤੇ ਉਹਨਾਂ ਦਾ ਜੀਵਨ ਬਦਲ ਕੇ ਰੱਖਤਾ ਇੱਕ-ਇੱਕ ਸ਼ਬਦ ਨੇ ਜੀ ਸੱਜਣ ਠੱਗ ਵਰਗੇ ਸੱਜਣ ਪਰਪਕਾਰੀ ਬਣ ਗਏ ਬਦਲ ਵੀ ਉਹ ਦਿੱਤੇ ਜਿਹੜੇ ਸਿੱਖ ਨਹੀਂ ਸੀ ਸਮਾਜ ਨਾਲੋਂ ਟੁੱਟੇ ਸਮਾਜ ਨਾਲੋਂ ਵੀ ਟੁੱਟੇ ਸਿੱਖੀ ਨਾਲੋਂ ਟੁੱਟੇ ਰਾਖਸ਼ੇ ਭੂਮੀਆਂ ਚੋਰ ਜਿਹਨਾਂ ਲੋਕ ਆਂਦੇ ਨੇ ਨਹੀਂ ਨਹੀਂ ਇਹ ਸਮਾਜ ਦਾ ਹਿੱਸਾ ਨਹੀਂ ਚੋਰ ਨੇ ਜੀ ਇਹ ਰਾਖਸ਼ ਨੇ ਜੀ ਇਹ ਠੱਗ ਨੇ ਜੀ ਹੈ ਵੱਖੋ ਵੱਖਰੇ ਮਜਬਾਂ ਦੇ ਸੀ ਵੱਖੋ ਵੱਖਰੇ ਕਬੀਲਿਆਂ ਦੇ ਆ ਭਗਤਾਂ ਨੂੰ ਇੱਕ ਜਗ੍ਹਾ ਇਕੱਠਿਆਂ ਕਰਨਾ ਇੱਕ ਮਾਲਾ 'ਚ ਪਰੋਣਾ ਹਾਂ ਰਿਆ ਵੀ ਕਿਤੇ ਨਾ ਕਿਤੇ ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਮੈਨੂੰ ਲੱਗਦਾ ਵੀ 35 ਮਹਾਂਪੁਰਖਾਂ ਨੂੰ ਮੱਥਾ ਟੇਕਦੇ ਆ ਏਡੇ ਵੱਡੇ ਇਕੱਠ ਨੂੰ ਮੱਥਾ ਟੇਕ ਕੇ ਕਦੀ ਘਰ ਦੇ ਚਾਰਜ ਜੀ ਇਕੱਠੇ ਹੋਣ ਦਾ ਯਤਨ ਨਹੀਂ ਕੀਤਾ ਅਸੀਂ ਆਪ ਸਜੀਰ ਖਾ ਉਹ ਖਾ ਗਿਆ ਮੈਂ ਉਹਨੂੰ ਖਾ ਗਿਆ ਉਹ ਲਾਲਾ ਲਾਲਾ ਹੋ ਰਹੀ ਹੈ ਦਿਨ ਬਤੀਤ ਹੋ ਰਹੇ ਨੇ ਨਾਮ ਬਾਣੀ ਤੋਂ ਸਖਣੇ ਦੇਣ ਜਾ ਰਹੇ ਨੇ ਹਰੇਕ ਪੈਰ ਹਰੇਕ ਘੜੀ ਮੇਰੇ ਪਾਛ ਨੇ ਪੈਰਾਂ ਦਾ ਜ਼ਿਕਰ ਘੜੀਆਂ ਦਾ ਤੁਸੀਂ ਵੇਖੀ ਆਪਾਂ ਸਾਰਾ ਕੀਤਾ ਨਾ ਬਿਲਕੁਲ ਸਮਝਾਉਣ ਦਾ ਤੇ ਮੇਰੇ ਪਾਤਸ਼ਾਹ ਨੇ ਬੜੇ ਤਰੀਕਿਆਂ ਨਾਲ ਸਮਝਾਇਆ ਬਾਣੀ ਦੇ ਵਿੱਚ ਇਤਿਹਾਸ ਦੇ ਵਿੱਚ ਪਰ ਇਹ ਆ ਵੀ ਅਸੀਂ ਉਹ ਉਹ ਦਿਨਾਂ ਨੂੰ ਹੋਰ ਤਰੀਕੇ ਨਾਲ ਬਣਾਉਣ ਲੱਗ ਪਏ ਜਿਸ ਤਰੀਕੇ ਨਾਲ ਬਣਾਉਣਾ ਚਾਹੀਦਾ ਸੀ ਜੀ ਜਾਂ ਤੇ ਸਾਨੂੰ ਕੋਈ ਦੱਸ ਨਹੀਂ ਸਕਿਆ ਤੇ ਜਾਂ ਅਸੀਂ ਜਾਣਦੇ ਹੋਏ ਸਾਰਾ ਕੁਝ ਕਰ ਰਹੇ ਹਾਂ ਗੱਲਾਂ ਦੋ ਨੇ ਹੂੰ ਦੋਵੇਂ ਹੀ ਹੈਗੀਆਂ ਹਾਂ ਦੋਵੇਂ ਹੀ ਹੈਗੀਆਂ ਕਿਸੇ ਨੂੰ ਇਸ ਗੱਲ ਦਾ ਇਲਮ ਨਹੀਂਗਾ ਤੇ ਜਿਹਨੂੰ ਇਲਮ ਏ ਉਹ ਚਾਹੁੰਦਾ ਹੀ ਨਹੀਂਗਾ ਹੂੰ ਹਾਂਜੀ ਬਿਲਕੁਲ ਅਸੀਂ ਕਹਿੰਦੇ ਕੋਈ ਨਹੀਂ ਅਮਰਤ ਛਕ ਲਾਂਗੇ ਬਹੁਤੇ ਬਜ਼ੁਰਗਾਂ ਨਾਲ ਗੱਲ ਹੁੰਦੀ ਉਹ ਛਕ ਲਾਂਗੇ ساری ਉਮਰ ਪਈ ਪੁੱਤਰਾ ساری ਉਮਰ ਪਈ ਬਾਕੀ ਬਾਕੀ ਕੁੜੀ ਦੇ ਵਿਆਹ ਤੋਂ ਪੁੱਤ ਦੇ ਵਿਆਹ ਵੇਖ ਲੀਏ ਥੋੜਾ ਜਿਹਾ ਉਹ ਖਾਣ ਪੀਣ ਜਾਂ ਤੈਨੂੰ ਪਤਾ ਫਿਰ ਉਹ ਵਿਆਹਾਂ ਸ਼ਾਦੀਆਂ 'ਚ ਖਾਦਾ ਪੀਤਾ ਦੇ ਵਰਤੌਣਾ ਪੈਣਾ ਇਹ ਬਜ਼ੁਰਗਾਂ ਮੇਰੀਆਂ ਗੱਲਾਂ ਹੋਈਆਂ ਨੇ ਹੂੰ ਤੇ ਬਾਪੂ ਭਲਾ ਵਿਆਹ ਤੋਂ ਪਹਿਲਾਂ ਹੀ ਹਾਂ ਪਤਾ ਕਿਸੇ ਦਾ ਵੀ ਤੁਹਾਡਾ ਮੇਰਾ ਨਹੀਂ ਪਤਾ ਕਿਸੇ ਆਦਮੀ ਇੱਕਦਮੀ ਮੌਤ ਮੌਤ ਨਹੀਂ ਜਾਣੇ ਇੱਕ ਦਮ ਦਾ ਆਦਮੀ ਹੈ ਉਹ ਦਮ ਆਉਣਾ ਕਿ ਨਹੀਂ ਆਉਣਾ ਬਿਲਕੁਲ ਪਰ ਇਹ ਆ ਵੀ ਅਸੀਂ ਉਹ ਵੇਲਾ ਖੰਜਾ ਰਹੇ ਹਾਂ ਜੀ ਤੇ ਮੈਂ ਤੇ ਇਹੋ ਅੱਜ ਦੇ ਦਿਨ 'ਚ ਇਹੋ ਕਹਾਂਗਾ ਕਲਗੀਧਰ ਦੇ ਪੁੱਤਰੋ ਤਿਉ ਅਮਰਤਾਰੀ ਹੋ ਕੇ ਜਿਓ ਵੀ ਗੁਰੂ ਵਾਲੇ ਬਣੀਏ ਜੀ ਪੀਓ ਪੌਹਲ ਖੰਡੇ ਤਾਰ ਹੋਏ ਜਨਮ ਸੁਹੇਲਾ ਵੀ ਆਪਾਂ ਜਨਮ ਨੂੰ ਸੁਹੇਲਾ ਕਰੀਏ ਜਿਹੜੇ-ਜਿਹੜੇ ਤਰੀਕਿਆਂ ਨਾਲ ਮੇਰੇ ਪਾਤਸ਼ਾਹ ਨੇ ਵੇਖੋ ਉਦੋਂ ਆਪਣਾ ਆਪ ਕੁਰਬਾਨ ਕਰਕੇ ਤੇ ਉਹਨਾਂ ਨੇ ਬਦਾਵੇ ਪੜਵਾਏ ਨੇ ਸਾਨੂੰ ਆਪ ਆਪਣਾ ਜਿ ਕੁਰਬਾਨ ਆਪ ਆਪ ਕੁਰਬਾਨ ਕਰਨ ਦੀ ਲੋੜ ਨੇਗੀ ਬਿਲਕੁਲ ਹੂੰ ਆਪਣਾ ਆਪ ਸਵਾਰਨ ਦੀ ਲੋੜ ਐ ਬਸ ਉਹਨਾਂ ਨੇ ਕੁਰਬਾਨ ਕਰਕੇ ਗੁਰੂ ਤੇ ਮੁਕਤ ਹੋ ਗਏ ਤੇ ਗੁਰੂ ਸਾਹਿਬ ਕਹਿੰਦੇ ਤੈਨੂੰ ਕੁਰਬਾਨ ਕਰਨਾ ਨਹੀਂ ਪੈਣਾ ਜੀ ਐਬ ਕੁਰਬਾਨ ਕਰ ਦੇ ਮੇਰੇ ਦਰ ਤੇ ਤੂੰ ਪ੍ਰਵਾਣ ਹੈ ਬਿਲਕੁਲ ਐਬ ਐਬ ਕੁਰਬਾਨ ਕਰ ਦਈਏ ਜਿਨੇ ਐਬ ਕੁਰਬਾਨ ਕਰ ਦਿੱਤੇ ਉਹ ਗੁਰੂ ਦੇ ਬੋਲਾਂ ਦੇ ਉੱਤੇ ਪਹਿਰਾ ਦੇਣ ਲਈ ਆਪ ਵੀ ਕੁਰਬਾਨ ਹੋਣ ਲਈ ਤਿਆਰ ਹੋ ਜਾਊਗਾ ਸਾਨੂੰ ਐਬ ਵੀ ਨਹੀਂ ਤਿਆਰ ਹੋਣ ਦੇ ਰਹੇ ਬਿਲਕੁਲ ਬਿਲਕੁਲ ਹਣਾ ਕਿਤੇ ਨਾ ਕਿਤੇ ਐਬ ਸਾਨੂੰ ਲੱਗਦਾ ਹੈ ਕਿ ਜੇ ਅਸੀਂ ਇਥੇ ਸੱਚ ਬੋਲਤਾ ਹੂੰ ਜੇ ਅਸੀਂ ਇਥੇ ਸੱਚ ਤੇ ਪਹਿਰਾ ਦੇਤਾ ਬਿਲਕੁਲ ਜੀ ਤੇ ਮੈਂ ਤਾਂ ਜੇਲ੍ਹ ਵਿੱਚ ਚਲਾ ਜਾਊਂਗਾ ਜਿਹੜੀ ਆਈਡੀ ਸਲਤਨਤ ਖੜੀ ਕੀਤੀ ਐ ਇਹਦਾ ਕੋਈ ਵਾਰਿਸ ਹੋਰ ਨਾ ਆ ਕੇ ਬਣ ਜੇ ਬਸ ਆਹੀ ਦੋਖੇ ਨਾ ਜੀ ਹਨਾ ਜਿੱਦਾਂ ਸਾਡਾ ਲੋ ਵੀ ਛਟ ਗਿਆ ਜਿੱਦਣ ਸਾਨੂੰ ਇਹ ਹੋ ਗਿਆ ਵੀ ਲੈਣਾ ਤਾਂ ਰੱਬ ਦਾ ਨਾ ਹੈ ਤੇ ਫਿਰ ਚਾਹੇ ਇਥੇ ਬੈਠੇ ਲਈ ਜਾਓ ਚਾਹੇ ਕਿਤੇ ਹੋਰ ਜੇ ਕੋਈ ਚੱਕ ਕੇ ਲੈ ਜਾਊਗਾ ਉਥੇ ਲਈ ਜਾਓ ਮੈਨੂੰ ਲੱਗਦਾ ਐਬਾਂ ਨੇ ਹੀ ਸਾਡੇ ਤੇ ਗੁਰੂ ਦੇ ਵਿੱਚ ਜਿਹੜਾ ਵਿਛੋੜਾ ਹੈ ਉਹ ਵੀ ਪਾਇਆ ਜੇ ਅਸੀਂ ਅੱਜ ਕੋਈ ਕੁਰਬਾਨ ਹੋਣ ਦੇ ਲਈ ਤਿਆਰ ਨਹੀਂਗੇ ਸੱਚ ਦੇ ਉੱਤੇ ਪਹਿਰਾ ਸੱਚ ਦੀ ਗੱਲ ਹੀ ਨਹੀਂ ਕਰਨ ਨੂੰ ਤਿਆਰ ਹਮ ਬਹੁਤ ਵਾਰ ਹੁੰਦਾ ਕਿ ਜਦੋਂ ਕੋਈ ਅਜੀਹਾ ਸਮਾਂ ਬਣ ਜਾਂਦਾ ਜਿੱਥੇ ਸਾਨੂੰ ਸੱਚ ਬੋਲਣਾ ਹੁੰਦਾ ਪਰ ਸਾਨੂੰ ਮੋਹਰੇ ਚਾਰ ਬੰਦੇ ਖੜੇ ਵੇਖ ਕੇ ਜਿਹੜੇ ਕਹਿ ਲਓ ਵੀ ਸਰਕਾਰ ਖੜੀ ਵੇਖ ਕੇ ਜੇ ਕੋਈ ਹੋਰ ਵਿਅਕਤੀ ਪਿੰਡ ਦੇ ਵਿੱਚ ਜੇ ਸਰਪੰਚ ਸਾਡੇ ਪਿੰਡ ਦਾ ਕੁਝ ਮਾੜਾ ਕਰ ਰਿਹਾ ਸਾਹਮਣੇ ਸਰਪੰਚ ਖੜਾ ਵੇਖ ਕੇ ਮੇਰੇ ਵਿੱਚ ਹਿੰਮਤ ਹੀ ਨਹੀਂ ਰਹਿ ਜਾਂਦੀ ਮੈਂ ਕਹਾਂ ਜੇ ਜਦੋਂ ਸਰਪੰਚ ਨਹੀਂ ਖੜਾ ਉਦੋਂ ਮੈਂ ਕਹਿੰਦਾ ਯਾਰ ਸਰਪੰਚ ਦਾ ਲੁੱਟੀ ਜਾਂਦਾ ਸਰਪੰਚ ਤਾਂ ਖਾਈ ਜਾਂਦਾ ਕਿਤੇ ਨਾ ਕਿਤੇ ਸਾਡੇ ਜਿਹੜੇ ਐਬ ਨੇ ਉਹੀ ਸਾਨੂੰ ਸੱਚ ਨਹੀਂ ਬੋਲਣ ਦਿੰਦੇ ਉਹੀ ਸਾਨੂੰ ਸੱਚ ਦੇ ਉੱਤੇ ਪੈਰਾ ਵੀ ਨਹੀਂ ਦੇਣ ਦਿੰਦੇ ਬਿਲਕੁਲ ਇਹੋ ਅੱਜ ਦੇ ਮਹੀਨੇ 'ਚ ਮੇਰੇ ਪਾਸ ਨੇ ਇਹ ਕਿਹਾ ਨਾ ਵੀ ਜਿਹੜਾ ਰੱਬ ਨਾਲ ਜੁੜ ਗਿਆ ਜੀ ਉਹ ਫਿਰ ਲੋਕਾਂ ਦੀਆਂ ਵੋਟੀਆਂ ਨਹੀਂ ਤੋੜਦਾ ਦੇ ਦੇ ਆ ਕਰ ਉਹ ਕਰੋ ਫਿਰ ਕਿਸੇ ਸ਼ੈਅ ਤੋਂ ਡਰਦਾ ਵੀ ਨਹੀਂ ਉਹ ਸੱਚ ਦੇ ਮਾਰਗ ਦਾ ਪੰਧ ਹੀ ਹੋ ਜਾਂਦਾ ਠੀਕ ਆ ਵੀ ਉਹ ਜਿਸ ਸਮੇ ਉਹ ਮਾਰਗ ਤੇ ਚੱਲ ਰਿਹਾ ਉਹਦੀ ਉਸਤਤ ਨਾ ਹੋਵੇ ਜੀ ਪਰ ਕਿਤੇ ਨਾ ਕਿਤੇ ਉਹਦੀ ਉਸਤਤ ਹੋਏਗੀ ਜਿਵੇਂ ਆਪਾਂ ਅੱਜ ਕੌਂਕੇ ਸਾਹਿਬ ਦੀ ਜਾਂ ਹੋਰ ਆ ਭਾਈ ਮਹਾ ਸਿੰਘ ਦਾ ਮਾਤਾ ਭਾਗਕੌਰ ਦਾ ਜਾਂ ਉਹਨਾਂ ਦੇ ਜਿੰਨੇ ਵੀ ਸਾਥੀ ਸੀ 40 ਮੁਖਤੇ ਜਿਹਨਾਂ ਰੋਜ਼ ਅਰਦਾਸ ਚ ਚੇਤੇ ਕਰਦੇ ਆ ਜੀ ਉਹਨਾਂ ਦਾ ਜ਼ਿਕਰ ਤਾਂ ਚੱਲੇ ਵੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਬਿਲਕੁਲ ਤੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਸੱਚ ਦੇ ਮਾਰਗ ਦੇ ਪੰਧ ਹੀ ਹੋ ਜਾਂਦੇ ਨਾਮ ਬਾਣੀ ਦੇ ਅਭਿਆਸੀ ਹੋ ਜਾਂਦੇ ਨੇ ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸੁਆਣ ਜੀ ਤੇ ਜਿਉ ਸਲਤਨਤ ਦਾ ਢਾਰੇ ਜਿਹ ਹਰੇਕ ਤੋਂ ਬੋਟੀਆਂ ਤੋੜੀ ਜਨੀਆਂ ਬਿਨ ਸੇ ਲੋਭ ਸੁਆਣ ਵੀ ਉਹ ਅਜੇ ਉਹ ਕੁੱਤੇ ਵਾਲਾ ਲੋਭ ਜਿਹੜਾ ਖਤਮ ਹੀ ਨਹੀਂ ਹੋਇਆ ਸੁਆਣ ਕੁੱਤੇ ਨੂੰ ਕਹਿੰਦੇ ਨੇ ਜੀ ਜੀ ਵੀ ਪਾਚਾ ਕਹਿੰਦੇ ਵੀ ਕੁੱਤੇ ਵਾਲਾ ਜਿਹੜਾ ਲੋਭ ਏ ਉਹ ਜੇ ਜੇ ਖਤਮ ਹੀ ਨਹੀਂ ਹੋਇਆ ਤੇ ਸਮਝ ਲਾ ਵੀ ਅਜੇ ਤੂੰ ਅੰਦਰੋਂ ਉਹ ਸ਼ੁੱਧ ਨਹੀਂ ਹੋਇਆ ਹੂੰ ਬਿਲਕੁਲ ਧੰਨਵਾਦ ਜੀ ਅਜੇ ਤੂੰ ਮੁਕਤ ਨਹੀਂ ਹੋਇਆ ਜੀ ਸੋ ਅਸੀਂ ਕਿਸੇ ਨੂੰ ਨਾ ਉਪਦੇਸ਼ ਦਈਏ ਚਲੋ ਜੋ ਕਰੇਗਾ ਸੋ ਭਰੇਗਾ ਾਲੀ ਗੱਲ ਏ ਹੈ ਜੀ ਹਾਂ ਬੀ ਜੇ ਸੋਲ ਨੂੰ ਨਾ ਕਰਮਾ ਸੰਧੜਾ ਕੀ ਜੀ ਮੈਂ ਵੀ ਇਹਨਾਂ ਲਈ ਬਹੁਤ ਧੰਨਵਾਦ ਮੁਖਸਾ ਤੁਸੀਂ ਆਪਣਾ ਫਰਜ਼ ਨਿਭਾ ਦਿੱਤਾ ਕਿਉਂਕਿ ਤੁਸੀਂ ਸਿੱਖ ਪ੍ਰਚਾਰਕ ਹੋ ਜੀ ਗੁਰੂ ਦੀ ਗੱਲ ਬੜੀ ਡਿਟੇਲ ਦੇ ਵਿੱਚ ਤੁਸੀਂ ਸੰਗਤ ਨੂੰ ਦੱਸ ਦਿੱਤੀ ਤੁਸੀਂ ਆਪਣਾ ਫਰਜ਼ ਨਿਭਾ ਦਿੱਤਾ ਕਿਉਂਕਿ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਫਰਜ਼ਾਂ ਤੋਂ ਵੀ ਭੱਜੇ ਹੋਏ ਨੇ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਉਹਦੇ ਲਈ ਵੀ ਧੰਨਵਾਦ ਸੰਗਤ ਨੂੰ ਬਹੁਤ ਕੀਮਤੀ ਤੁਸੀਂ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਮੈਨੂੰ ਲੱਗਦਾ ਸੰਗਤ ਦੇ ਅੱਗੇ ਵੀ ਮੈਂ ਬੇਨਤੀ ਕਰਦਾ ਕਿ ਮੈਂ ਵੀ ਤੁਹਾਡੇ ਵਿੱਚ ਆਉਣਾ ਜੇ ਮਖੂ ਸਾਹਿਬ ਨੇ ਗੱਲ ਕੀਤੀ ਸੀ ਬਦਾਵੇ ਬਹੁਤ ਪ੍ਰਕਾਰ ਦੇ ਨੇ ਕੁਝ ਬਦਾਵੇ ਮੈਂ ਵੀ ਗੁਰੂ ਨੂੰ ਦਈ ਬੈਠਾ ਹੋਵਾਂਗਾ ਬਿਲਕੁਲ ਤੇ ਆਪਾਂ ਸਾਰੇ ਹੀ ਦਈ ਬੈਠੇ ਆਓ ਮਖੂ ਸਾਹਿਬ ਨੇ ਇੱਕ ਗੱਲ ਬੜੀ ਸੋਹਣੀ ਕਹੀ ਸੀ ਇਹਨਾਂ ਨੇ ਕਿਹਾ ਵੀ ਬੰਦੇ ਨੂੰ ਆਪਦਾ ਪਤਾ ਹੁੰਦਾ ਆਪਦੀ ਤਸਵੀਰ ਬੰਦੇ ਦੇ ਸਾਹਮਣੇ ਹੁੰਦੀ ਹੈ ਮੈਂ ਕੋਈ ਗੱਲ ਮਖੂ ਸਾਹਿਬ ਤੋਂ ਲਕੋ ਸਕਦਾ ਪਰ ਮੈਨੂੰ ਤਾਂ ਪਤਾ ਤੇ ਉਸ ਪਰਮਾਤਮਾ ਨੂੰ ਵੀ ਪਤਾ ਬਿਲਕੁਲ ਇਸ ਕਰਕੇ ਆਓ ਜਿਨਨੇ ਐਬ ਗੁਨਾਹ ਹੈਗੇ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਛੱਡਣ ਦਾ ਯਤਨ ਕਰੀ ਗਏ ਤੇ ਗੱਲ ਭਾਈ ਮਹਾ ਸਿੰਘ ਹਣਾ ਦੀ ਚੱਲੀ ਤੇ ਭਾਈ ਮਹਾ ਸਿੰਘ ਹਣੀ ਜਦੋਂ ਉੱਥੋਂ ਆਉਂਦੇ ਨੇ ਤੇ ਫਿਰ ਸੱਚੇ ਪਾਤਸ਼ਾਹ ਨੂੰ ਬਦਾਵਾ ਦੇ ਕੇ ਆਉਂਦੇ ਨੇ ਦੱਸ ਕੇ ਆਉਂਦੇ ਨੇ ਤੇ ਅੱਜ ਸਾਡੇ ਵਿੱਚ ਹਜ਼ਾਰਾਂ ਅਜਿਹੇ ਲੋਕ ਬੈਠੇ ਨੇ ਜਿਹੜੇ ਬਦਾਵੇ ਵੀ ਦੇਈ ਬੈਠੇ ਨੇ ਛੱਡੀ ਵੀ ਬੈਠੇ ਨੇ ਪਰ ਦੱਸਦੇ ਵੀ ਨਹੀਂ ਕੌਮ ਦੀ ਪਿੱਠ ਦੇ ਵਿੱਚ ਸ਼ੁਰਾ ਵੀ ਮਾਰੀ ਜਾਂਦੇ ਨੇ ਪਰ ਲੱਗਦੇ ਵੀ ਕੌਮ ਦੇ ਨੇ ਤੇ ਉਹਨਾਂ ਨੇ ਤਾਂ ਭਾਈ ਮਹਾ ਸਿੰਘ ਹਣਾ ਨੇ ਉਹਨਾਂ ਸਿੰਘਾਂ ਨੇ ਜਾ ਕੇ ਬਦਾਵੇ ਆਪਦੇ ਗੁਰੂ ਦੇ ਕੋਲੋਂ ਜੰਗ ਦੇ ਵਿੱਚ ਜੂਝ ਕੇ ਜਿੱਥੇ ਸ਼ਹਾਦਤ ਦਾ ਜਾਮ ਪੀ ਕੇ ਗੁਰੂ ਦੀ ਗੋਦ ਪ੍ਰਾਪਤ ਕੀਤੀ ਉੱਥੇ ਉਹਨਾਂ ਨੇ ਆਪਣੇ ਬਦਾਵੇ ਵੀ ਪੜਵਾ ਲਏ ਤੇ ਬਹੁਤ ਸਾਰੇ ਨੇ ਜਿਹੜੇ ਪਿੱਠ ਦੇ ਵਿੱਚ ਪੰਥ ਦੇ ਕੌਮ ਦੇ ਸ਼ੁਰਾ ਵੀ ਮਾਰ ਰਹੇ ਨੇ ਬਦਾਵੇ ਵੀ ਦੇਈ ਬਿਠੇ ਨੇ ਤੇ ਆਪਣੇ ਆਪ ਨੂੰ ਅਖਵੌਣ ਵੀ ਪੰਥ ਦੇ ਠੇਕੇਦਾਰ ਦਏ ਨੇ ਉਹਨਾਂ ਨੂੰ ਵੀ ਪਹਿਚਾਨਣੀਏ ਤੇ ਆਪਣੇ ਮਨਾਂ ਦੇ ਐਬ ਵੀ ਪਹਿਚਾਨਣੀਏ ਗੁਰੂ ਅੱਗੇ ਅਰਦਾਸ ਕਰੀਏ ਕਿ ਤੁਸੀਂ ਸਾਡੇ ਐਬ ਕੱਟ ਸਕਦੇ ਹੋ ਜਿਵੇਂ ਭਾਈ ਮਹਾ ਸਿੰਘਾਣਾ ਨੇ ਅਰਦਾਸ ਕੀਤੀ ਵੀ ਮਹਾਰਾਜ ਤੁਸੀਂ ਬਦਾਵਾ ਪਾੜ ਦਿਓ ਤੇ ਆਪਾਂ ਵੀ ਉਸ ਅਕਾਲ ਪੁਰਖ ਵਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਮਹਾਰਾਜ ਜਿਹੜੇ ਸਾਡੇ ਕੋਲ ਬਦਾਵਿਆਂ ਰੂਪੀ ਜਿਹੜੇ ਸਾਡੇ ਐਬ ਹੈਗੇ ਨੇ ਇਹਨਾਂ ਨੂੰ ਪਾੜ ਦਿਓ ਇਹਨਾਂ ਨੂੰ ਕੱਟ ਦਿਓ ਫੇਰ ਹੀ ਸਾਡਾ ਇਹ ਦਿਨ ਮਨਾਉਣ ਦਾ ਫਾਇਦਾ ਹੈਗਾ ਦਿਨ ਨਾ ਮਨਾਈਏ ਗੁਰੂ ਨੂੰ ਮਨਾਈਏ ਯਤਨ ਕਰੀਏ ਕਿ ਇਸ ਵਾਰ ਮਾਗੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਕੋਈ ਇੱਕ ਐਬ ਜ਼ਰੂਰ ਛੱਡੀਏ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੋਂ ਤੱਕ ਇਹ ਗੱਲ ਸੁਣੀ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਕੁਝ ਚੱਲ ਰਿਹਾ ਹੈ ਬਹੁਤ ਕੁਝ ਪਰੋਸਿਆ ਜਾ ਰਿਹਾ ਹੈ ਤੇ ਜਿੱਥੇ ਚੰਗੀ ਕੋਈ ਗੱਲ ਹੁੰਦੀ ਹੈ ਤੇ ਉੱਥੇ ਸੁਣਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਮੈਂ ਕਹਿਣਾ ਵੀ ਧੰਨਵਾਦ ਕਰਨਾ ਬਣਦਾ ਹੈ ਸੰਗਤ ਜੀ ਇੱਕ ਫਰਜ਼ ਆਪਣਾ ਹੋਰ ਨਿਭਾ ਦਿਓ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਸੰਗਤ ਤੱਕ ਇਹ ਅੱਜ ਦਾ ਪ੍ਰੋਗਰਾਮ ਪਹੁੰਚ ਸਕੇ ਜਲਦ ਹੋਰ ਮੁੱਦੇ ਤੇ ਹੋਰ ਸ਼ਖਸੀਅਤ ਨੂੰ ਲੈ ਕੇ ਰੂਬਰੂ ਹੋਵਾਂਗਾ ਇਜਾਜ਼ਤ ਦਿਓ ਮੁਖਸਬ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ